ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਸਾਇਫਾਈ ਸਟਡੀ ਦੇ ਉੱਪਰ ਆਪਾਂ ਇਸ ਚੈਨਲ ਉੱਪਰ ਈਟੀਟੀ ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਹਾਂਜੀ ਜਿਸ ਤਰ੍ਹਾਂ ਕਿ ਆਪਾਂ ਪੰਜਾਬੀ ਮੀਡੀਅਮ ਦੇ ਵਿੱਚ ਆ ਜਿਹੜੀ ਪ੍ਰੈਪਰੇਸ਼ਨ ਨੂੰ ਸ਼ੁਰੂ ਕੀਤਾ ਹੋਇਆ ਅੱਜ ਆਪਣਾ ਸੈਕੰਡ ਚੈਪਟਰ ਦਾ ਸੈਕੰਡ ਪਾਰਟ ਹੈ ਸੈਕੰਡ ਚੈਪਟਰ ਆਪਣਾ ਸੀ ਕਿ ਕੀ ਆਪਣੇ ਆਲੇ ਦੁਆਲੇ ਦੇ ਪਦਾਰਥ ਨੇ ਜਿਹੜੇ ਸ਼ੁੱਧ ਹਨ ਜਾਂ ਨਹੀਂ ਹਨ ਠੀਕ ਹੈ ਆਪਾਂ ਨੇ ਸੋਲੂਸ਼ਨ ਤੱਕ ਯਾਨੀ ਕਿ ਘੋਲ ਤੱਕ ਪੜ੍ਹ ਲਿਆ ਸੀਗਾ ਅੱਜ ਆਪਾਂ ਦੇਖਾਂਗੇ ਕਿ ਘੋਲ ਆ ਜਿਹੜਾ ਉਹ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਠੀਕ ਹੈ ਤੇ ਉਹਨੀਆਂ ਟਾਈਪਸ ਨੂੰ ਆਪਾਂ ਅੱਗੇ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ ਅਗਰ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ ਤਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਐਂਡ ਸ਼ੇਅਰ ਕਰਿਆ ਕਰੋ ਆਪਣੇ ਥੀ ਵਿਊਜ਼ ਨੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਕਰੋ ਤੁਹਾਡੇ ਵਿਊਜ਼ ਤੋਂ ਹੀ ਪਤਾ ਚੱਲਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਪੰਜਾਬੀ ਮੀਡੀਅਮ ਦੀ ਡਿਮਾਂਡ ਕੀਤੀ ਤਾਂ ਆਪਾਂ ਪੰਜਾਬੀ ਮੀਡੀਅਮ ਦੇ ਵਿੱਚ ਜਿਹੜੀ ਪ੍ਰੈਪਰੇਸ਼ਨ ਸਟਾਰਟ ਕੀਤੀ ਹੈ ਹਾਂਜੀ ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ ਕਿ ਕੋਲ ਆ ਜਿਹੜਾ ਆਪਾਂ ਨੇ ਪੜਿਆ ਸੀ ਕਿ ਜਿਹੜਾ 2 ਜਾਂ 2 ਤੋਂ 72 ਨੇ ਚੀਜ਼ਾਂ ਤੋਂ ਮਿਲ ਕੇ ਬਣਦਾ ਹੈ ਉਹ ਕੀ ਹੁੰਦਾ ਹੈ ਕੋਲ ਹੁੰਦਾ ਹੈ ਕੋਲ ਦੇ ਵਿੱਚ ਦੋ ਤੱਤ ਹੁੰਦੇ ਆ ਠੀਕ ਹੈ ਇੱਕ ਕੀ ਹੁੰਦਾ ਘੁਲਿਤ ਇੱਕ ਹੁੰਦਾ ਘੋਲਕ ਠੀਕ ਹੈ ਦੋ ਚੀਜ਼ਾਂ ਤੋਂ ਮਿਲ ਕੇ ਕੀ ਬਣਦਾ ਹੈ ਕੋਲ ਬਣਦਾਗਾ ਤੇ ਕੋਲ ਦੇ ਵਿੱਚ ਇੱਕ ਚੀਜ਼ ਜਿਹੜੀ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਆ ਇੱਕ ਚੀਜ਼ ਜਿਹੜੀ ਘੱਟ ਮਾਤਰਾ ਦੇ ਵਿੱਚ ਹੁੰਦੀ ਆ ਜਿਹੜਾ ਘੋਲਕ ਹੈ ਆਪਾਂ ਇਹਨੂੰ ਬੈਕਗ੍ਰਾਉਂਡ ਚੈੱਕ ਕਰਦੇ ਹਾਂ ਜਿਹੜਾ ਘੋਲਕ ਹੈ ਉਹ ਕੀ ਹੈ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਜਾਨੀ ਕਿ ਉਹ ਦੂਸਰੀ ਚੀਜ਼ ਨੂੰ ਘੋਲ ਲੈਂਦਾ ਆਪਣੇ ਅੰਦਰ ਤੇ ਜਿਹੜੀ ਚੀਜ਼ ਘੁਲਦੀ ਆ ਉਹ ਕੌਣ ਹੁੰਦਾ ਘੁਲਿਤ ਜਿਹੜੀ ਚੀਜ਼ੇ ਦੇ ਵਿੱਚ ਘੁਲ ਜਾਂਦੀਆਂ ਜਿਹੜੀ ਕੀ ਹੈ ਘੱਟ ਮਾਤਰਾ ਦੇ ਵਿੱਚ ਹੁੰਦੀ ਆ ਇਹ ਹੀ ਆਪਾਂ ਨੇ ਲਾਸਟ ਵੀਡੀਓ ਦੇ ਵਿੱਚ ਪੜਿਆ ਸੀਗਾ ਘੋਲ ਦੇ ਬਾਰੇ ਅੱਜ ਆਪਾਂ ਦੇਖਦੇ ਹਾਂ ਕਿ ਘੋਲ ਆ ਜਿਹੜਾ ਤਿੰਨ ਤਰ੍ਹਾਂ ਦਾ ਹੁੰਦਾ ਹੈ ਕਿਹੜੇ-ਕਿਹੜੇ ਹੁੰਦੇ ਆ ਸ਼ੁੱਧ ਘੋਲ ਨਿਲੰਬਨ ਤੇ ਕੋਲਾਈਡਲ ਠੀਕ ਹੈ ਸ਼ੁੱਧਾ ਜਿਹੜਾ ਆਪਾਂ ਜਿਹੜਾ ਘੋਲ ਬਾਰੇ ਪੜਿਆ ਸੀ ਸ਼ੁੱਧ ਘੋਲ ਬਾਰੇ ਹੀ ਪੜਿਆ ਸੀਗਾ ਇਹਨੂੰ ਆਪਾਂ ਡਿਟੇਲ ਦੇ ਵਿੱਚ ਸਟੱਡੀ ਕਰ ਚੁੱਕੀ ਆ ਅੱਜ ਆਪਾਂ ਨਿਲੰਬਨ ਤੇ ਕੋਲਾਈਡਲ ਪਾਰਟ ਬਾਰੇ ਸਟੱਡੀ ਕਰਾਂਗੇ ਦੇਖੋ ਨਿਲੰਬਨ ਕੀ ਹੁੰਦਾ ਨਿਲੰਬਨ ਹੁੰਦਾ ਸਸਪੈਂਸ਼ਨ ਨਿਲੰਬਨ ਇਹ ਹੈ ਕਿ ਇੱਕ ਵਿਖਮ ਅੰਗੀ ਜਾਨੀ ਕਿ ਇਹਦੇ ਵਿੱਚ ਜਿਹੜੇ ਪਾਰਟੀਕਲਸ ਹੁੰਦੇ ਆ ਉਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਠੀਕ ਹੈ ਜਿਹੜੇ ਦੇ ਵਿੱਚ ਪਰਮਾਣੂ ਪਾਇਆ ਜਾਣਗੇ ਉਹਨਾਂ ਦਾ ਜਿਹੜਾ ਸੁਭਾਵ ਹੈ ਉਹ ਇੱਕੋ ਜਿਹਾ ਨਹੀਂ ਹੁੰਦਾ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ ਮਤਲਬ ਕਿ ਜੇ ਆਪਾਂ ਇਹਨਾਂ ਨੂੰ ਉਹਨਾਂ ਨੂੰ ਘੋਲਾਂਗੇ ਠੀਕ ਹੈ ਤਾਂ ਇੱਕ ਦੇ ਕਣ ਨੇ ਜਿਹੜੇ ਦੂਜੇ ਦੇ ਵਿੱਚ ਆਪਾਂ ਨੂੰ ਸਪਸ਼ਟ ਦਿਖਾਈ ਦੇਣਗੇ ਉਹ ਕੀ ਹੁੰਦਾ ਵਿਖਮ ਅੰਗੀ ਘੋਲ ਹੁੰਦਾ ਦੇਖੋ ਕੀ ਹੁੰਦਾ ਜੋ ਠੋਸ ਤਰਲ ਵਿੱਚ ਖਿਲਰ ਜਾਂਦਾ ਹੈ ਨਿਲੰਬਨ ਅਖਵਾਉਂਦਾ ਹੈ ਨਿਲੰਬਨ ਇੱਕ ਵਿਖਮ ਅੰਗੀ ਮਿਸ਼ਰਣ ਹੈ ਮਤਲਬ ਕਿ ਦੋ ਚੀਜ਼ਾਂ ਨੇ ਆਪਾਂ ਨੇ ਘੋਲੀਆਂ ਜਿਸ ਤਰ੍ਹਾਂ ਆਪਾਂ ਪਹਿਲਾਂ ਬਣਾਇਆ ਸੀਗਾ ਸ਼ੁੱਧ ਘੋਲ ਉਹਦੇ ਵਿੱਚ ਆਪਾਂ ਨੇ ਪਾਣੀ ਦੇ ਵਿੱਚ ਕੀ ਲਿਆ ਸੀ ਨਮਕ ਲਿਆ ਸੀ ਤਾਂ ਨਮਕ ਆ ਜਿਹੜਾ ਉਹਦੇ ਜਿਹੜੇ ਤੱਤ ਨੇ ਉਹ ਆਪਾਂ ਨੂੰ ਦਿਖਾਈ ਨਹੀਂ ਦਿੰਦੇ ਪਰ ਇਹਦੇ ਵਿੱਚ ਕੀ ਹੋਊਗਾ ਜਿਹੜੇ ਦੇ ਤੱਤ ਹੋਣਗੇ ਕਣ ਹੋਣਗੇ ਪਦਾਰਥ ਦੇ ਵਿੱਚ ਪਦਾਰਥ ਦੇ ਕਣ ਉਹ ਕਿ ਹਲਦੇ ਨਹੀਂ ਹੈਗੇ ਮਤਲਬ ਕਿ ਆਪਾਂ ਨੂੰ ਦਿਖਾਈ ਦਿੰਦੇ ਆ ਇਹ ਕਣ ਪੂਰੇ ਮਾਧਿਅਮ ਦੇ ਵਿੱਚ ਨਿਲੰਬਿਤ ਨਿਲੰਬਿਤ ਦਾ ਮਤਲਬ ਹੁੰਦਾਗਾ ਕਿ ਉਹਦੇ ਵਿੱਚ ਟੰਗੇ ਰਹਿੰਦੀਆਂ ਮਤਲਬ ਕਿ ਠੀਕ ਹੈ ਇਦੇ ਵਿੱਚ ਇਸ ਤਰ੍ਹਾਂ ਕਿ ਟੰਗੇ ਰਹਿਣਗੇ ਆਪਾਂ ਨੂੰ ਸਾਫ਼-ਸਾਫ਼ ਦਿਖਾਈ ਦੇਣਗੇ ਇਹ ਹੁੰਦਾ ਆਪਣੇ ਕੋਲੇ ਨिलੰਬਨ ਹੁਣ ਆਪਾਂ ਦੇਖਦੇ ਹਾਂ ਨिलੰਬਨ ਦੇ ਗੁਣ ਕੀ ਹੁੰਦੇ ਆ ਕੈਰੈਕਟ੍ਰਿਸਟਿਕਸ ਆਫ ਸਸਪੈਂਸ਼ਨ ਸੋਲਿਊਸ਼ਨ ਇਹ ਜਿਹੜੇ ਸਾਰੇ ਪੁਆਇੰਟਸ ਨੇ ਸਾਰੇ ਇੰਪੋਰਟੈਂਟ ਨੇ ਸਾਰੇ ਹੀ ਕੀ ਹੈ ਐਮਸੀਕਿਊ ਬਣ ਸਕਦੇ ਆ ਫਸਟ ਪੁਆਇੰਟ ਤਾਂ ਇਹ ਹੈ ਕਿ ਜਿਹੜਾ ਨਿਲੰਬਨ ਆ ਉਹ ਕਿ ਇੱਕ ਵਿਖਮ ਅੰਗੀ ਮਿਸ਼ਰਣ ਹੈ ਮਤਲਬ ਕਿ ਇਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਆਪਾਂ ਮਿਲਾ ਰਹੇ ਹਾਂ ਘੁਲਿਤ ਤੇ ਘੋਲਕ ਉਹਨਾਂ ਦੋਨਾਂ ਦਾ ਸੁਭਾਅ ਕੀ ਆ ਵੱਖਰਾ ਸੈਕੰਡ ਪੁਆਇੰਟ ਹੈਗਾ ਕਿ ਜਿਹੜੇ ਕਣ ਨੇ ਉਹ ਕੀ ਆਪਾਂ ਵੇਖ ਸਕਦੇ ਹਾਂ ਮਤਲਬ ਕਿ ਜਿਹਦੇ ਕਣ ਏਡੇ ਏਡੇ ਕ ਹੁੰਦੇ ਆ ਕਿ ਆਪਾਂ ਆਪਣੀ ਅੱਖਾਂ ਦੇ ਨਾਲ ਉਹਨਾਂ ਨੂੰ ਦੇਖ ਸਕਦੇ ਆ ਤੀਸਰਾ ਹੈਗਾ ਇਹ ਨਿਲੰਬਤ ਕਣ ਪ੍ਰਕਾਸ਼ ਦੀ ਕਿਰਨ ਨੂੰ ਫੈਲਾ ਦਿੰਦੇ ਹਨ ਜਿਸ ਨਾਲ ਉਸ ਦਾ ਮਾਰਗ ਦਿਖਣਯੋਗ ਹੋ ਜਾਂਦਾ ਹੈ ਜਿਵੇਂ ਆਪਾਂ ਪਿੱਛੇ ਪੜਿਆ ਸੀਗਾ ਸ਼ੁੱਧ ਘੋਲ ਦੇ ਵਿੱਚ ਕਿ ਆਪਾਂ ਨੇ ਕੀ ਕੀਤਾ ਸੀ ਇਸ ਤਰ੍ਹਾਂ ਬਿਕਰ ਲਿਆ ਸੀ ਇੱਕ ਲਈ ਸੀ ਆਪਾਂ ਨੇ ਟਾਰਚ ਜਦੋਂ ਆਪਾਂ ਇਸ ਬੈਟਰੀ ਦੇ ਨਾਲ ਲਾਈਟ ਪਾਉਂਦੇ ਸੀਗੇ ਤਾ ਇਹ ਕੀ ਲਾਈਟ ਇਹਦੇ ਵਿੱਚ ਦੀ ਜਾਂਦੀ ਸੀ ਪਰ ਆਪਣਿਆਂ ਦੇ ਵਿੱਚ ਦਿਖਾਈ ਨਹੀਂ ਸੀ ਦਿੰਦੀ ਕਿਉਂ ਦਿਖਾਈ ਨਹੀਂ ਸੀ ਦਿੰਦੀ ਕਿਉਂਕਿ ਇਹਦੇ ਪਾਰਟੀਕਲ ਸੀ ਜਿਹੜੇ ਇੰਨੇ ਜ਼ਿਆਦਾ ਛੋਟੇ ਸੀਗੇ ਕਣ ਇੰਨੇ ਜ਼ਿਆਦਾ ਛੋਟੇ ਸੀ ਕਿ ਉਹ ਲਾਈਟ ਨੂੰ ਜਿਹੜਾ ਵਾਪਸ ਨਹੀਂ ਮੋੜ ਸਕਦੀ ਸੀ ਪਰ ਨਿਲੰਮਨ ਦੇ ਜਿਹੜੇ ਕਣ ਨੇ ਉਹ ਇੰਨੇ ਕੁ ਜ਼ਿਆਦਾ ਵੱਡੇ ਹੁੰਦੇ ਆ ਕਿ ਉਹ ਲਾਈਟ ਨੂੰ ਫਲਾ ਦਿੰਦੇ ਆ ਕਿੰਨਾ ਨੂੰ ਫਲਾ ਦਿੰਦੇ ਆ ਤਾਂ ਕਰਕੇ ਆਪਾਂ ਲੜਾ ਇਹ ਰਸਤਾ ਬੀਕਰ ਦੇ ਵਿੱਚ ਦਿਖਾਈ ਦਊਗਾ ਫੋਰਥ ਇੰਪੋਰਟੈਂਟ ਪੁਆਇੰਟ ਹੈਗਾ ਕਿ ਜਦੋਂ ਇਹਨਾਂ ਨੂੰ ਆਪਾਂ ਕੀ ਆ ਮੰਨ ਲਓ ਆਪਾਂ ਦੋ ਮਿਕਸਚਰ ਘੋਲਤੇ ਉਹਨਾਂ ਆਪਾਂ ਸ਼ਾਂਤ ਇਸ ਤਰ੍ਹਾਂ ਹੀ ਛੱਡ ਦਿੰਨੇ ਆ ਆਪਾਂ ਉਹਨੂੰ ਰੱਖ ਦਈਏ ਬੀਕਰ ਦੇ ਵਿੱਚ ਆਪਾਂ ਦੋ ਚੀਜ਼ਾਂ ਘੋਲੀਆਂ ਉਹਨਾਂ ਵੀ ਰੱਖਤਾ ਆਪਾਂ ਨੇ ਠੀਕ ਹੈ ਤਾਂ ਜਿਹੜੇ ਉਹਦੇ ਕਣ ਹੋਣਗੇ ਉਹ ਕਿ ਨੀਚੇ ਬੈਠ ਜਾਣਗੇ ਜਿਸ ਤਰ੍ਹਾਂ ਕਿ ਆਪਾਂ ਪਾਣੀ ਦੇ ਵਿੱਚ ਮਿੱਟੀ ਘੋਲਦੀਏ ਤਾਂ ਮਿੱਟੀ ਦੇ ਘੁਲੇ ਹੋਏ ਕਣ ਆਪਾਂ ਨੂੰ ਮਿੱਟੀ ਦੇ ਵਿੱਚ ਤਿਆਰਦੇ ਦਿਖਾਈ ਦੇ ਰਹੇ ਆਗੇ ਬੱਟ ਜੇ ਉਹਨਾਂ ਆਪਾਂ ਇਹ ਸ਼ਾਂਤ ਰੱਖ ਦਈਏ ਛੱਡ ਦਈਏ ਬਿਲਕੁਲ ਠੀਕ ਹੈ ਇਸ ਤਰ੍ਹਾਂ ਹੀ ਰੱਖ ਦਈਏ ਬਿਨਾਂ ਹਿਲਾਏ ਤਾਂ ਕਿ ਕਣ ਕੀ ਹੋਣਗੇ ਨੀਚੇ ਬੈਠ ਜਾਣਗੇ ਜਿਹਨੂੰ ਕਿ ਆਪਾਂ ਫਿਲਟਰ ਕਰਕੇ ਮਤਲਬ ਕਿ ਉੱ ਨਿੱਚੇ ਜਿਹੜੀ ਕੱਲੀ ਮਿੱਟੀ ਬਾਕੀ ਬਚ ਜੂਗੀ ਠੀਕ ਹੈ ਇਸ ਤਰ੍ਹਾਂ ਇਹਨੂੰ ਆਪਾਂ ਨਿਖੇੜ ਸਕਦੇ ਹਾਂ ਕਿਉਂਕਿ ਆਨੂੰ ਅਲੱਗ-ਅਲੱਗ ਕਰ ਸਕਦੇ ਹਾਂ ਨੈਕਸਟ ਆਪਣੇ ਕੋਲ ਹੈਗਾ ਕੋਲਾਈਡਲ ਕੋਲ ਕੋਲਾਈਡਲ ਕੀ ਹੈ ਇਹਦੇ ਵਿੱਚ ਕੀ ਹੈ ਸਾਰੇ ਕਣ ਜਿਹੜੇ ਸਮਾਨ ਰੂਪ ਦੇ ਵਿੱਚ ਫੈਲੇ ਹੋਣਗੇ ਸਾਰੇ ਦੇ ਵਿੱਚ ਇੱਕੋ ਜਿਹਾ ਹੋਊਗਾ ਇਹ ਹੀ ਆਪਾਂ ਨੂੰ ਸ਼ੁੱਧ ਜਿਹੜਾ ਸੋਲੂਸ਼ਨ ਪੜ੍ਹੇ ਸੀ ਆਪਾਂ ਉਹਨਾਂ ਦੇ ਵਿੱਚ ਉਹਨਾਂ ਵਰਗੇ ਹੀ ਲੱਗੂਗਾ ਆਪਾਂ ਨੂੰ ਠੀਕ ਹੈ ਨਿਲੰਮਨ ਦੀ ਬਜਾਏ ਕਣਾਂ ਦਾ ਆਕਾਰ ਥੋੜਾ ਛੋਟਾ ਹੁੰਦਾ ਹੈ ਇਹਦੇ ਕਣਾਂ ਦਾ ਆਕਾਰ ਜਿਹੜਾ ਆਪਾਂ ਪਹਿਲਾਂ ਪੜ੍ਹੇ ਸੀ ਸ਼ੁੱਧ ਕੋਲ ਉਨ੍ਹਾਂ ਨਾਲੋਂ ਤਾਂ ਵੱਡਾ ਹੁੰਦਾ ਪਰ ਜਿਹੜੇ ਆਪਾਂ ਨੇ ਹੁਣ ਪੜ੍ਹੇ ਐ ਠੀਕ ਐ ਨਿਲੰਭਨ ਵਾਲੇ ਇਹਨਾਂ ਤੋਂ ਕੀ ਹੁੰਦਾ ਛੋਟਾ ਹੁੰਦਾ ਇਹਦਾ ਜਿਹੜਾ ਆਕਾਰ ਹੈ ਕੰਨਾਂ ਦਾ ਉਹ ਛੋਟਾ ਹੋਣ ਦੇ ਕਰਕੇ ਨੂੰ ਆਪਾਂ ਸਮੰਗੀ ਮਿਸ਼ਰਣ ਆਪ ਨੂੰ ਲੱਗਦਾ ਕਿ ਇਹ ਸਮੰਗੀ ਮਿਸ਼ਰਣ ਹੈ ਪਰ ਇਹ ਹੁੰਦਾ ਨਹੀਂਗਾ ਆਪਾਂ ਨੂੰ ਲੱਗਦਾ ਕਿਉਂਕਿ ਆਪਾਂ ਨੂੰ ਕਾ ਨੇੜੇ ਦਿਖਾਈ ਨਹੀਂ ਦਿੰਦੇ ਇਹਦੇ ਵਿੱਚ ਦੋ ਇੰਪੋਰਟੈਂਟ ਪਾਰਟ ਨੇਗੇ ਜਿਹੜੇ ਕਿ ਕਾਫੀ ਵਾਰੀ ਅਸੀਂ ਕਿਉਂ ਵੀ ਬਨੇ ਆ ਦੋ ਇੰਪੋਰਟੈਂਟ ਪਾਰਟ ਕਿਨੇ ਕਿ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਡਿਸਪੋਜ਼ਡ ਮੀਡੀਅਮ ਹੁੰਦਾ ਇੱਕ ਡਿਸਪੋਜ਼ਡ ਫੇਸ ਜਾਨਕੀ ਕਿ ਇੱਕ ਤਾਂ ਹੁੰਦਾ ਪਰਿਖੇਪਤ ਫੇਸ ਇੱਕ ਪਰਿਖੇਪਨ ਮਾਦੀਅਮ ਮਤਲਬ ਕਿ ਕਹਿੰਦਾ ਕਿ ਭਾਵੇਂ ਕਿ ਜਿਸ ਤਰ੍ਹਾਂ ਪਾਣੀ ਕੋਈ ਬੀਕਰ ਲਿਆ ਇਹਦੇ ਵਿੱਚ ਆਪਾਂ ਨੇ ਕੋਈ ਸੋਲੂਸ਼ਨ ਲਿਆ ਹੋਇਆ ਫੋਰ ਏਗਜ਼ਾਮਪਲ ਆਪਾਂ ਨੇ ਵਾਟਰ ਲਿਆ ਹੋਇਆ ਇਹਦੇ ਵਿੱਚ ਠੀਕ ਹੈ ਤਾਂ ਵਾਟਰ ਪਹਿਲੇ ਵਾਟਰ ਕੀ ਐਕਟ ਕਰ ਰਿਹਾ ਇੱਕ ਮੀਡੀਅਮ ਇੱਕ ਮੀਡੀਅਮ ਦਾ ਕੰਮ ਕਰ ਰਿਹਾ ਠੀਕ ਹੈ ਪਹਿਲੇ ਹੀ ਹੈਗਾ ਇਹਨੂੰ ਕੀ ਕਹਾਂਗੇ ਆਪਾਂ ਪਰਿਖੇਪਨ ਮਾਦੀਅਮ ਤੇ ਫਿਰ ਆਪਾਂ ਨੇ ਇਹਦੇ ਵਿੱਚ ਕੋਈ ਚੀਜ਼ ਐਡ ਕਰਤੀ ਮੰ ਲਓ ਆਪਾਂ ਨੇ ਕੀਆ ਸੋਇਲ ਐਡ ਕਰੀਆ ਮਿੱਟੀ ਐਡ ਕਰੀਆ ਠੀਕ ਹੈ ਤਾਂ ਜਿਹੜੀ ਮਿੱਟੀ ਐ ਉਹ ਕਿਹਦੇ ਤਰ੍ਹਾਂ ਕੰਮ ਕਰੂਗੀ ਪਰਿਕਾਪਤ ਫੇਜ਼ ਮਤਲਬ ਕਿ ਜਿਹੜੀ ਚੀਜ਼ ਆਪਾਂ ਵਿੱਚ ਘੋਲਤੀ ਉਹਨੂੰ ਆਪਾਂ ਕੀ ਕਹਿੰਦੇ ਆ ਪਰਿਕਾਪਤ ਫੇਜ਼ ਕਹਿੰਦੇ ਆ ਕਲੀਅਰ ਦੇਖੋ ਅਕੀ ਡਿਟੇਲ ਦੇ ਵਿੱਚ ਦੇਖਦੇ ਆਪਾਂ ਕਿ ਕੋਲਿਤ ਪਦਾਰਥ ਦੀ ਤਰ੍ਹਾਂ ਦਾ ਘਟਕ ਜਾਂ ਪਰਿਕਾਪਤ ਕਣ ਜਿਹੜਾ ਕੋਲਾਈਡਲ ਰੂਪ ਵਿੱਚ ਰਹਿੰਦਾ ਹੈ ਇਹ ਕਿ ਕੋਲਾਈਡਲ ਰੂਪ ਵਿੱਚ ਜਿਹੜਾ ਖੁਦ ਰਹਿੰਦਾ ਹੈ ਮਤਲਬ ਕਿ ਵਿੱਚ ਲਟਕ ਜਾਂਦਾ ਉਹਦੇ ਵਿੱਚ ਜਾ ਕੇ ਉਹਨੂੰ ਕੀ ਕਹਿੰਦੇ ਆ ਪਰਿਕਾਪਤ ਫੇਜ਼ ਕਹਿੰਦੇ ਆ ਤੇ ਉਹੋ ਘਟਕ ਜਿਹੜਾ ਇਹਨੂੰ ਕੀ ਆ ਆਪਦੇ ਅੰਦਰ ਸਮਾ ਲੈਂਦਾਗਾ ਉਹਨੂੰ ਕੀ ਕਹਿੰਨੇ ਆਪਾਂ ਮਾਡੀਅਮ ਕਿ ਇਹਦੇ ਵਿੱਚੇ ਚੀ ਚਲੀ ਗਈ ਠੀਕ ਹੈ ਤੁਸੀਂ ਇਹ ਯਾਦ ਰੱਖਣਾ ਕਿ ਜਿਹੜਾ ਪਾਣੀ ਆ ਹੋਏ ਕੀ ਇੱਕ ਪਰਿਖੇਪਤ ਮਾਡੀਅਮ ਸੀਗਾ ਤੇ ਜਿਹੜੀ ਉਹਦੇ ਵਿੱਚ ਆਪਾਂ ਚੀਜ਼ ਪਾਈ ਆ ਕੋਈ ਵੀ ਉਹ ਕੀ ਆ ਪਰਿਖੇਪਤ ਫੇਜ਼ ਹੈ ਠੀਕ ਹੈ ਹੁਣ ਆਪਾਂ ਨੇ ਦੇਖਣਾ ਕਿ ਆਪਾਂ ਬਹੁਤ ਸਾਰੇ ਦੇ ਅਲੱਗ-ਅਲੱਗ ਤਰ੍ਹਾਂ ਦੇ ਮਿਕਸਚਰ ਨੇ ਜਿਹੜੇ ਤਿਆਰ ਕਰ ਲਏ ਤਿੰਨ ਤਰ੍ਹਾਂ ਦੇ ਆਪਾਂ ਨੇ ਸੋਲੂਸ਼ਨ ਪੜ੍ਹ ਲਏ ਠੀਕ ਹੈ ਟ੍ਰਿਊ ਸੀਗੇ ਸਸਪੈਂਸ਼ਨ ਸੀ ਤੇ ਕੋਲਾਈਡਲ ਤਿੰਨ ਤਰ੍ਹਾਂ ਦੇ ਸলিউਸ਼ਨ ਸੀ ਆਪਣੇ ਕੋਲੇ ਪਹਿਲਾਂ ਸੀਗੇ ਸ਼ੁੱਧ ਸੀਗੇ ਫਿਰ ਆਪਣੇ ਕੋਲੇ ਨिलੰਬਤ ਸੀ ਫਿਰ ਕੋਲਾਈਡਲ ਸੀਗੀ ਠੀਕ ਹੈ ਹੁਣ ਤਿੰਨੇ ਤਰ੍ਹਾਂ ਨਾਲ ਆਪਾਂ ਕਾਫੀ ਸਾਰੇ ਜਿਹੜੇ ਮਿਕਸਚਰ ਨੇ ਉਹ ਕੀ ਮਿਸ਼ਰਣ ਤਿਆਰ ਕਰ ਲਏ ਆਪਾਂ ਨੇ ਹੁਣ ਆਪਾਂ ਨੇ ਕੀ ਪੜਨਾ ਹੈ ਕਿ ਜਿਹੜੇ ਮਿਸ਼ਰਣ ਆਪਾਂ ਨੇ ਬਣਾ ਲਏ ਉਹਨਾਂ ਨੂੰ ਆਪਾਂ ਅਲੱਗ-ਅਲੱਗ ਕਿਵੇਂ ਕਰ ਸਕਦੇ ਹਾਂ ਠੀਕ ਹੈ ਤਾਂ ਆਪਾਂ ਨੇ ਦੇਖਿਆ ਕਿ ਆਮ ਤੌਰ ਤੇ ਜਿਹੜੇ ਕੁਦਰਤੀ ਪਦਾਰਥ ਨੇ ਉਹ ਸਾਰੇ ਹੀ ਆਪਾਂ ਨੂੰ ਕੀ ਹੈ ਮਿਸ਼ਰਣਾਂ ਦੇ ਵਿੱਚ ਹੀ ਮਿਲਦੇ ਨੇ ਕੋਈ ਵੀ ਸ਼ੁੱਧ ਨਹੀਂ ਹੁੰਦਾ ਸਾਰੇ ਹੀ ਕਿਸ ਨਾ ਕਿਸੇ ਚੀਜ਼ ਨਾਲ ਮਿਲ ਕੇ ਆਉਂਦੇ ਆ ਠੀਕ ਹੈ ਆਪਾਂ ਨੂੰ ਜਦੋਂ ਵੀ ਆਪਾਂ ਧਰਤੀ ਚ ਕੋਈ ਚੀਜ਼ ਕਰਦੇ ਆ ਆਪਾਂ ਨੇ ਸੋਨਾ ਕੱਢਣਾ ਠੀਕ ਹੈ ਕੋਈ ਹੋਰ ਮੈਟਲ ਕੱਢਣੀ ਹੈ ਸਾਰੇ ਹੀ ਕੀ ਇਹ ਮਿਸ਼ਰਣਾਂ ਦੇ ਵਿੱਚ ਹੋਣਗੇ ਤਾਂ ਉਹਨਾਂ ਨੂੰ ਵੱਖਰਾ ਕਰਨ ਦੇ ਵਾਸਤੇ ਆਪਾਂ ਨੂੰ ਕਈ ਪ੍ਰਕਾਰ ਦੀਆਂ ਜਿਹੜੀਆਂ ਵਿਧੀਆਂ ਉਹਨਾਂ ਦੀ ਵਰਤੋਂ ਕਰਨੀ ਪੈਂਦੀ ਆ ਤਾਂ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਵਿਧੀਆਂ ਬਾਰੇ ਪੜ੍ਹਾਂਗੇ ਵਿਧੀਆਂ ਨੇ ਜਿਹੜੀਆਂ ਬਹੁਤ ਸਾਰੀਆਂ ਨੇ ਅਲੱਗ-ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਧੀਆਂ ਨੇ ਜਿਹੜੀਆਂ ਫਿਜ਼ੀਕਲ ਵਿਧੀਆਂ ਨਹੀਂਆਂ ਉਹਨੂੰ ਆਪਾਂ ਨੇ ਕੀ ਹੈਗਾ ਘੱਟ ਮੈਂਸ਼ਨ ਕੀਤਾ ਹੋਇਆ ਹੈ ਕਿ ਜਿਵੇਂ ਆਪਾਂ ਹੱਥਾਂ ਨਾਲ ਚੁੱਕ ਕੇ ਅਲੱਗ ਕਰ ਸਕਦੇ ਆ ਠੀ ਸਹੀ ਆਪਾਂ ਨੇ ਬਹੁਤ ਛੋਟੇ ਕਲਾਸਾਂ ਦੇ ਵਿੱਚ ਡਿਟੇਲ ਦੇ ਵਿੱਚ ਪੜਿਆ ਹੋਇਆ ਕੁਝ ਇੰਪੋਰਟੈਂਟ ਮੈਥਡ ਨੇ ਜਿਹੜੇ ਆਪਾਂ ਪੜਾਂਗੇ ਜਿਹੜੇ ਕਿ ਐਮਸੀਕਿਊ ਬਣ ਸਕਦੇ ਆ ਤੇ ਆਪਣੇ ਲਈ ਇੰਪੋਰਟੈਂਟ ਹੈ ਫਸਟ ਆਪਣੇ ਕੋਲੇ ਹੈਗਾ ਬਾਸ਼ਪੀਕਰਨ ਇਵੈਪੋਰੇਸ਼ਨ ਹੁਣ ਬਾਸ਼ਪੀਕਰਨ ਕੀ ਹੈ ਕਿ ਆਪਣੇ ਕੋਲੇ ਕੋਈ ਵੀ ਪਦਾਰਥ ਸੀਗਾ ਆਪਾਂ ਨੂੰ ਪਤਾ ਕਿ ਉਹ 100 ਡਿਗਰੀ ਸੈਲਸੀਅਸ ਤੇ ਜਿੰਨੇ ਪਾਣੀ ਆ ਜਿਹੜਾ 100 ਡਿਗਰੀ ਸੈਲਸੀਅਸ ਤੇ ਬੋਇਲ ਕਰਦਾ ਉੱਪਰ ਜਾਂਦਾ ਠੀਕ ਹੈ ਇਹ ਵੀ ਕੈਮਸੀਕਿਊ ਬਣ ਸਕਦਾ ਯਾਦ ਕਰਨਾ ਕਿ ਜਿਹੜਾ ਪਾਣੀ ਆ ਉਹਦਾ ਉਬਾਲ ਦਾ درجہ ਕਿੰਨਾ ਹੈ 100 ਡਿਗਰੀ ਸੈਲਸੀਅਸ ਤਾਂ ਜਦੋਂ ਵੀ ਆਪਾਂ ਕਿਸੇ ਵੀ ਪਦਾਰਥ ਨੂੰ ਜਿੰਨੇ ਤੇ ਉਹ ਬੋਇਲ ਕਰ ਸਕਦਾ ਉਹ ਤੋਂ ਜ਼ਿਆਦਾ ਟੈਂਪਰੇਚਰ ਦਿੰਨੇ ਆ ਤਾਂ ਕੀ ਕਰਦਾ ਜੇ ਤਰਲ ਹੁੰਦਾ ਤਾਂ ਉਹ ਭਾਫ਼ ਬਣ ਕੇ ਉੱਪਰ ਨੂੰ ਉੱਡਣ ਲੱਗ ਜਾਂਦਾ ਠੀਕ ਹੈ ਇਸੇ ਕਿਰਿਆ ਨੂੰ ਹੀ ਆਪਾਂ ਕੀ ਕਹਿੰਦੇ ਆ ਬਾਸ਼ਪੀਕਰਨ ਕਹਿੰਦੇ ਆ ਕੋਈ ਵੀ ਆਪਣੇ ਕੋਲੇ ਪਦਾਰਥ ਸੀਗਾ ਉਹਦੇ ਨਿਰਧਾਰਤ ਤਾਪਮਾਨ ਤੋਂ ਬਾਅਦ ਵੀ ਆਪਾਂ ਨੂੰ ਗਰਮ ਕਰ ਰਹੇ ਆ ਠੀਕ ਹੈ ਤਾਂ ਬਾਅਦ ਦੇ ਵਿੱਚ ਗਰਮ ਕਰਨ ਨਾਲ ਕਿਉਂਕਿ ਬਣੂਗਾ ਭਾਫ਼ ਬਣਨ ਲੱਗ ਜਾਊਗਾ ਤਾਂ ਜਿਹੜੀ ਇਹ ਭਾਫ਼ ਬਣਦੀ ਪ੍ਰਕਿਰਿਆ ਹੈ ਇਸ ਨੂੰ ਆਪਾਂ ਕਹਿੰਦੇ ਆ ਬਾਸ਼ਪੀ ਕਰਨ clear ਹੈ ਜੀ ਆਪਣੀ ਰੋਜ਼ਾਨਾ ਲਾਈਫ ਦੇ ਵਿੱਚ ਜਿਹੜਾ ਵਾਸ਼ਪੀਕਰਨ ਆਪਾਂ ਕਿੱਥੇ ਕਿੱਥੇ ਅਬਜ਼ਰਵ ਕਰਦੇ ਹਾਂ ਦੇਖ ਪਾਉਣੇ ਆ ਰੂਟੀਨ ਦੇ ਵਿੱਚ ਤਾਂ ਉਹਦੇ ਕੁਝ ਐਗਜ਼ਾਮਪਲ ਹਨ ਕਿ ਜਿਸ ਦੇ ਆਪਾਂ ਧੁੱਪ ਦੇ ਵਿੱਚ ਕੱਪੜਿਆਂ ਦਾ ਸੁੱਕਣਾ ਠੀਕ ਹੈ ਕਿਉਂਕਿ ਜਿਹੜੀ ਗਰਮੀ ਆ ਗਰਮੀ ਆਪਣੇ ਕੱਪੜਿਆਂ ਤੇ ਪੈ ਰਹੀ ਆ ਤਾਂ ਕੀ ਕਰਿਆ ਪਾਣੀ ਆ ਜਿਹੜਾ ਭਾਪ ਬਣ ਕੇ ਉੱਪਰ ਉੱਡ ਰਿਹਾ ਠੀਕ ਹੈ ਇਸ ਕਰਕੇ ਕੱਪੜੇ ਸੁੱਕ ਜਾਂਦੇ ਆ ਜਿਵੇਂ ਕੱਪੜਿਆਂ ਨੂੰ ਪ੍ਰੈਸ ਕਰਦੇ ਆਪਾਂ ਪ੍ਰੈਸ ਕਰਨ ਨਾਲ ਵੀ ਕੀ ਉਹਨਾਂ ਨੂੰ ਹੀਟ ਮਿਲ ਰਹੀ ਆ ਤਾਂ ਉਹ ਕੀ ਸੁੱਕ ਜਾਂਦੇ ਨੇ ਬਿਲਕੁਲ ਜਾਂ ਜੇ ਹੀਟ ਮਿਲੇ ਬਰਫ਼ ਦੇ ਟੁਕੜੇ ਪਿਗਲਣਾ ਸ਼ੁਰੂ ਹੋ ਜਾਂਦੇ ਆ ਆਪਾਂ ਨ ਸੁੰਦਰਾਂ ਦੇ ਉੱਪਰ ਪਾਣੀ ਇਕੱਠਾ ਕਰਕੇ ਪਾਣੀ ਨੂੰ ਕੀ ਆਪਾਂ ਵਾਸ਼ਪੀਕਰਨ ਕਰ ਦਿੰਨੇ ਪਿੱਛੇ ਕੀ ਬਚ ਜਾਂਦਾ ਨਮਕ ਜਾਂ ਫਿਰ ਆਪਣੇ ਸਰੀਰ ਦੇ ਪਸੀਨੇ ਦਾ ਸੁੱਕਣਾ ਠੀਕ ਹੈ ਉਹ ਵੀ ਕੀ ਹੈ ਗਰਮੀ ਕਰਕੇ ਪਸੀਨਾ ਆਉਂਦਾ ਹੋ ਆਪ ਹੀ ਕੀ ਹੈ ਇਵੇਪੋਰੇਟ ਹੋ ਜਾਂਦਾ ਵਾਸ਼ਪੀਕਰਨ ਹੋ ਜਾਂਦਾ ਹੁੰਦਾ ਜਿਹਦੇ ਕਰਕੇ ਉਹ ਸੁੱਕ ਜਾਂਦਾ ਇਹ ਸਾਰੀਆਂ ਕੀ ਆਪਣੇ ਡੇਲੀ ਰੁਟੀਨ ਲਾਈਫ ਐਗਜ਼ਾਮਪਲਾਂ ਸੀ ਹੁਣ ਆਪਾਂ ਵਾਸ਼ਪੀਕਰਨ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਪਣੀ ਕੁਦਰਤ ਦੇ ਵਿੱਚ ਵਾਸ਼ਪੀਕਰਨ ਹੁੰਦਾ ਹੈ ਇਹ ਪਿਕਚਰ ਤੋਂ ਆਪਾਂ ਨੂੰ ਕਲੀਅਰ ਹੋ ਰਿਹਾ ਕਿ ਵਾਸ਼ਪੀਕਰਨ ਇਵੇਪੋਰੇਸ਼ਨ ਹੈ ਕੀ ਚੀਜ਼ ਹੈ ਦੇਖੋ ਜਿਵੇਂ ਕੀ ਸੂਰਜ ਸੂਰਜ ਤੋਂ ਰੋਸ਼ਨੀ ਆ ਰਹੀਆਂ ਰੇਡੀਏਸ਼ਨਸ ਆ ਰਹੀਆਂ ਨੇ ਹੀਟ ਆ ਰਹੀ ਹੈ ਤਾਂ ਜਿਹੜੇ ਵੀ ਪਾਣੀ ਵਾਲੇ ਸੋਮਿਆਂ ਦੇ ਉੱਪਰ ਇਹ ਲਾਈਟ ਪਾਊਗੀ ਤਾਂ ਪਾਣੀ ਨੂੰ ਕੀ ਕਰੂਗੀ ਵਾਸ਼ਪਿਤ ਕਰੂਗੀ ਠੀਕ ਹੈ ਪਾਣੀ ਜਿਹੜਾ ਭਾਬਨ ਦੇ ਉੱਪਰ ਨੂੰ ਉੱਡਣ ਲੱਗ ਜੂਗਾ ਇਸੇ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ ਵਾਸ਼ਪੀਕਰਨ ਇਵੇਪੋਰੇਸ਼ਨ ਤਾਂ ਬਹੁਤ ਈਜ਼ੀ ਹੈ ਇਹ ਨੈਕਸਟ ਆਪਣੇ ਕੋਲ ਹੈਗਾ ਫਿਲਟਰ ਵਿਧੀ ਫਿਲਟਰੇਸ਼ਨ ਫਿਲਟਰ ਦੇ ਵਿੱਚ ਕੀ ਹੁੰਦਾ ਕਿ ਆਪਣੇ ਕੋਲੇ ਦੋ ਤਰ੍ਹਾਂ ਦੇ ਚੀਜ਼ਾਂ ਨੇ ਠੀਕ ਹੈ ਇੱਕ ਤਾਂ ਆਪਣੇ ਕੋਲੇ ਠੋਸ ਹੈ ਇੱਕ ਤੱਲ ਤੇ ਗੈਸਾਂ ਆਪਾਂ ਕੀ ਕਰਦੇ ਆ ਠੋਸ ਨੂੰ ਵੱਖਰਾ ਕਰਦੇ ਆ ਤਰਲ ਜ液ਾਂਸਾਂ ਦੇ ਨਾਲੋਂ ਠੀਕ ਹੈ ਉਸ ਨੂੰ ਕੀ ਕਹਿੰਦੇ ਆਪਾਂ ਫਿਲਟਰੇਸ਼ਨ ਵਿਧੀ ਕਹਿੰਦੇ ਆ ਫਿਲਟਰ ਕਰਕੇ ਆਪਾਂ ਕੋਈ ਚੀਜ਼ ਅਲੱਗ ਕਰ ਲਈ ਜਿਵੇਂ ਆਪਾਂ ਰੋਜ਼ ਹੀ ਐਕਸਪੈਰੀਮੈਂਟ ਕਰਦੇ ਆ ਚਾਹ ਪੱਤੀ ਨੂੰ ਚਾਹ ਤੋਂ ਵੱਖਰਾ ਕਰਨਾ ਫਿਲਟਰੇਸ਼ਨ ਦੇ ਵਿੱਚ ਕਿਹੜੀ ਚੀਜ਼ ਯੂਜ਼ ਕਰਦੇ ਆਪਾਂ ਚਾਹ ਭੁੰਨੇ ਯੂਜ਼ ਕਰਦੇ ਆ ਠੀਕ ਹੈ ਤਾਂ ਜਿਹੜੀ ਚਾਹ ਪੱਤੀ ਆ ਜਿਹੜੀ ਕਿ ਠੋਸ ਹੈ ਉਹਨਾਂ ਆਪਾਂ ਅਲੱਗ ਕਰ ਲੈਣਾ ਤਰਲ ਪਦਾਰਥ ਤੋਂ ਇਹ ਕੀ ਹੈ ਫਿਲਟਰੇਸ਼ਨ ਵਿਧੀ ਆ ਜੇ ਆਪਾਂ ਨੇ ਪਾਣੀ ਨੂੰ ਸ਼ੁੱਧ ਪ੍ਰਾਪਤ ਕਰਨਾ ਹੈ ਤਾਂ ਆਪਣੇ ਘਰਾਂ ਦੇ ਵਿੱਚ ਫਿਲਟਰ ਲੱਗੇ ਹੋਏ ਨੇ ਆਰਓ ਠੀਕ ਹੈ ਉਹ ਵੀ ਕੀ ਕਰਦੇ ਨੇ ਕਿਹੜੀ ਵਿਧੀ ਰਹੀ ਕਰਦੇ ਆ ਫਿਲਟਰੇਸ਼ਨ ਨਾਲ ਕਰਦੇ ਆ ਰੇਤੇ ਨੂੰ ਆਪਾਂ ਪਾਣੀ ਤੋਂ ਵੱਖਰਾ ਕਰ ਸਕਦੇ ਆ ਠੀਕ ਹੈ ਥੋੜੇ ਟਾਈਮ ਲਈ ਉਹਨੂੰ ਪਿਆ ਰਹਿਣ ਦਵਾਂਗੇ ਆਪਾਂ ਰੇਤੇ ਵਾਲੇ ਪਾਣੀ ਨੂੰ ਤਵਰੀਤਾ ਕੀ ਨੀਚੇ ਬੈਠ ਜਾਊਗਾ ਆਪਾਂ ਪਾਣੀ ਜਿਹੜਾ ਉੱਪਰੋਂ ਉਤਾਰ ਸਕਦੇ ਆ ਹਵਾ ਨੂੰ ਆਪਾਂ ਸਾਫ਼ ਕਰਦੇ ਆ ਇਹ ਸਾਰੇ ਕਦੇ ਐਗਜ਼ਾਮਪਲ ਹਨ ਫਿਲਟਰ ਵਿਧੀ ਦੇ ਐਗਜ਼ਾਮਪਲ ਹਨ ਠੀਕ ਹੈ ਐਗਜ਼ਾਮਪਲਾਂ ਤੋਂ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊ ਕਿ ਫਿਲਟਰੇਸ਼ਨ ਮੈਥਡ ਹੁੰਦਾ ਕੀ ਹੈ ਨੈਕਸਟ ਦੇਖੋ ਆਪਣੇ ਕੋਲ ਫਿਲਟਰੇਸ਼ਨ ਦੀਆਂ ਟੈਕਨੀਕਸ ਜੇ ਆਪਾਂ ਸਿੰਪਲ ਦੇਖੀਏ ਦੇਖੋ ਇਸ ਪਾਸੇ ਆਪਾਂ ਨੇ ਕੀ ਲਿਆ ਇਹਦੇ ਵਿੱਚ ਇੱਕ ਸੋਲੂਸ਼ਨ ਲੈ ਲਿਆ ਮੰਨ ਲਓ ਆਪਾਂ ਨੇ ਕੀ ਲੈ ਲਿਆ ਪਾਣੀ ਦੇ ਵਿੱਚ ਆਪਾਂ ਨੇ ਪਾਤੀ ਮਿੱਟੀ ਠੀਕ ਐ ਸੋਇਲ ਪਾਤੀ ਦੋਨੇ ਚੀਜ਼ਾਂ ਪਾਤੀਆਂ ਇਹਦੇ ਵਿੱਚ ਘੋਲਤਾ ਹੁਣ ਆਪਾਂ ਨੇ ਕੀ ਕਰਨਾ ਸੋਇਲ ਨੂੰ ਵੱਖਰਾ ਕਰਨਾ ਆਪਾਂ ਪਾਣੀ ਦੇ ਨਾਲ ਤਾਂ ਆਪਾਂ ਕੀ ਕਰਾਂਗੇ ਇੱਕ ਇਸ ਤਰ੍ਹਾਂ ਕੀਪ ਦੀ ਸ਼ੇਪ ਦੀ ਫਰਨਲ ਦੇ ਵਿੱਚ ਲਵਾਂਗੇ ਆਪਾਂ ਕੀਪ ਸ਼ੇਪ ਠੀਕ ਐ ਤਾਂ ਇਹਦੇ ਵਿੱਚ ਆਪਾਂ ਕੀ ਕਰਾਂਗੇ ਇੱਕ ਫਿਲਟਰ ਪੇਪਰ ਰੱਖ ਦਿੰਨੀ ਆ ਇੱਕ ਪੇਪਰ ਹੁੰਦਾਗਾ ਜਿਹਨੂੰ ਆਪਾਂ ਫਿਲਟਰ ਪੇਪਰ ਕਹਿੰਦੇ ਆ ਉਹਦੇ ਵਿੱਚ ਆਪਾਂ ਰੱਖ ਦਿੰਨੀ ਆ ਇਸੇ ਸ਼ੇਪ ਦੇ ਵਿੱਚ ਬਣਾ ਕੇ ਤਾਂ ਜਦੋਂ ਆਪਾਂ ਇਸ ਸলিউਸ਼ਨ ਦੇ ਵਿੱਚ ਪਾਵਾਂਗੇ ਕੀ ਹੋਊਗਾ ਜਿਹੜੀ ਸੋਇਲ ਆ ਫਿਲਟਰ ਪੇਪਰ ਦੇ ਉੱਪਰ ਰਹਿ ਜਾਊਗੀ ਜਿਹੜਾ ਪਾਣੀ ਆ ਉਹ ਕੀ ਇਹ نیچے ਆ ਜਾਊਗਾ ਫਲਾਸਕ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਆਪਾਂ ਫਿਲਟਰੇਸ਼ਨ ਕਰ ਸਕਦੇ ਹਾਂ ਜਿਵੇਂ ਇਹਨਾਂ ਨੇ ਇੱਧਰ ਵੀ ਦਿਖਾਏ ਆ ਕਿ ਆਪਾਂ ਨੇ ਕੀ ਕੀਤਾ ਇਹ ਹੀ ਆਪਣੇ ਕੋਲੇ ਫਨਲ ਸੀਗੀ ਆਪਾਂ ਨੇ ਕੀ ਲਿਆ ਬਿਕਰ ਲੈ ਲਿਆ ਫਲਾਸਕ ਵੀ ਲੈ ਸਕਦੇ ਆਪਾਂ ਬਿਕਰ ਵੀ ਲੈ ਸਕਦੇ ਆ ਕੋਈ ਵੀ ਬਰਤਨ ਲੈ ਸਕਦੇ ਆ ਆਪਾਂ ਠੀਕ ਹੈ ਜਿਸ ਤਰ੍ਹਾਂ ਆਪਾਂ ਚਾਹ ਫਿਲਟਰ ਕਰਦੇ ਆ ਕੋਈ ਵੀ ਆਪਾਂ ਬਰਤਨ ਲੈ ਲੈਣੇ ਆ ਤਾਂ ਆਪਾਂ ਨੇ ਵਿੱਚ ਕੀ ਲਾਤਾ ਫਿਲਟਰ ਪੇਪਰ ਲਾਤਾ ਫਿਲਟਰ ਪੇਪਰ ਕੀ ਕਰੂਗਾ ਜਿਹੜਾ ਤਾਂ ਸੋਲਿਡ ਚੀਜ਼ ਹੋਊਗੀ ਜਿਵੇਂ ਚਾਹ ਪੱਤੀ ਚਾਪੋਂ ਵਿੱਚ ਰਹਿ ਜਾਂਦੀ ਆ ਚਾਪੋਂ ਕੀ ਹੈ ਫਿਲਟਰ ਪੇਪਰ ਦਾ ਕੰਮ ਕਰ ਰਹੀ ਆ ਠੀਕ ਹੈ ਤਾਂ ਜਿਹੜਾ ਫਿਲਟਰਟ ਫਿਲਟਰਟ ਕੋਣਾ ਚਾਹ ਜਿਹੜੀ ਨੀਚੇ ਆ ਗਈ ਫਿਲਟ ਸੋਲਿਡ ਰੈਜ਼ਿਡੂ ਕੀ ਹੈ ਜਿਹੜੀ ਚੀਜ਼ ਉੱਪਰ ਰਹਿ ਗਈ ਜਿਵੇਂ ਕਿ ਚਾਹ ਪੱਤੀ ਠੀਕ ਹੈ ਇਸ ਤਰ੍ਹਾਂ ਨਾਲ ਇਹ ਕੀ ਫਿਲਟਰੇਸ਼ਨ ਮੈਥਡ ਹੁੰਦਾ ਬਹੁਤ ਈਜ਼ੀ ਮੈਥਡ ਹੈ ਵੀ ਨੈਕਸਟ ਆਪਣੇ ਕੋਲ ਹੈਗਾ ਜੋਹਰ ੜਾਉਣਾ ਜੋਹਰ ੜਾਉਣਾ ਕੀ ਹੈ ਸਬਲੀਮੇਸ਼ਨ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਬਹੁਤ ਜ਼ਿਆਦਾ ਐਗਜ਼ਾਮ ਦੇ ਵਿੱਚ ਪੁੱਛਿਆ ਹੁੰਦਾ ਕਿ ਸਬਲੀਮੇਸ਼ਨ ਕੀ ਹੁੰਦਾ ਇਹਦੇ ਵਿੱਚ ਕੀ ਹੁੰਦਾ ਆਪਾਂ ਨੂੰ ਪਤਾ ਹੈ ਕਿ ਜਦੋਂ ਕੋਈ ਚੀਜ਼ ਠੋਸ ਹੈ ਠੋਸ ਤੋਂ ਹੋ ਕੀ ਮੰਦੀ ਆ ਤਰਲ ਬਣਦੀ ਆ ਤਰਨ ਤੋਂ ਕੀ ਬਣਦਾ ਹੈ ਗੈਸ ਠੀਕ ਹੈ ਪਰ ਇਸ ਵਿਧੀ ਦੇ ਵਿੱਚ ਕੀ ਹੁੰਦਾ ਕਿ ਠੋਸ ਤੋਂ ਸਿੱਧਾ ਕੀ ਬਣ ਜਾਂਦਾ ਹੈ ਗੈਸ ਬਣ ਜਾਂਦੀ ਹੈ ਵਿਚ ਵਿਚਾਲੇ ਤਰਲ ਨਹੀਂ ਬਣਦਾ ਡਾਇਰੈਕਟ ਕੀ ਬਣਦੀ ਹੈ ਗੈਸ ਇਹ ਜੀ ਜਿਹੜੀ ਵਿਧੀ ਆ ਉਹਨੂੰ ਆਪਾਂ ਕੀ ਕਹਿੰਦੇ ਆ ਜੋਹਰ ਉਡਾਉਣਾ ਜਾਂ ਸਬਲੀਮੇਸ਼ਨ ਕਹਿੰਦੇ ਆ ਹੁਣ ਆਪਾਂ ਇਹ ਵਿਧੀ ਕਿੱਥੇ ਦੇਖੀ ਆ ਕਿੱਥੇ ਯੂਜ਼ ਕੀਤੀ ਆ ਰੋਜ਼ਾਨਾ ਲਾਈਫ ਦੇ ਵਿੱਚ ਜਿਵੇਂ ਆਪਾਂ ਦੇਖਦੇ ਆ ਨੈਫਥਲੀਨ ਦੀਆਂ ਗੋਲੀਆਂ ਜਿਹੜੀਆਂ ਆਪਾਂ ਕੱਪੜਿਆਂ ਵਗੈਰਾ ਦੇ ਵਿੱਚ ਰੱਖਦੇ ਆ ਉਹ ਕੀ ਕਰਦੀਆਂ ਨੇ ਠੋਸ ਹੁੰਦੀਆਂ ਨੇ ਅਗਰ ਆਪਾਂ ਉਹਨਾਂ ਨੂੰ ਹਵਾ ਦੇ ਵਿੱਚ ਰੱਖਾਂਗੇ ਤਾਂ ਕਿ ਉਹ ਉੱਡ ਜਾਂਦੀਆਂ ਨੇ ਭਾਅ ਬਣ ਕੇ ਠੀਕ ਹੈ ਤਾਂ ਇਹ ਕਿਹਦੀ ਐਗਜ਼ਾਮਪਲ ਹੈ ਜੋ ਹਰ ਉਡਾਣ ਦੀ ਨੈਕਸਟ ਹੈਗਾ ਆਪਣੇ ਕੋਲੇ ਕਿਆ ਅਮੋਨੀਅਮ ਕਲੋਰਾਇਡ ਨੂੰ ਆਪਾਂ ਨਮਕ ਤੋਂ ਵੱਖਰਾ ਕਰਾਂਗੇ ਅਗਰ ਠੀਕ ਹੈ ਤਾਂ ਇਹਦੇ ਵਿੱਚ ਵੀ ਕੀ ਵਿਧੀ ਯੂਜ਼ ਕਰਾਂਗੇ ਆਪਾਂ ਸਬਲੀਮੇਸ਼ਨ ਜਿਹਨੂੰ ਕਿ ਆਪਾਂ ਅੱਗੇ ਦੇਖਾਂਗੇ ਨੈਕਸਟ ਹੈਗਾ ਕਿ ਨੈਫਥਲੀਨ ਨੂੰ ਆਪਾਂ ਐ ਮਸਕ ਕਪੂਰ ਦੀਆਂ ਟਿੱਕੀਆਂ ਜੇ ਅਪਾ ਉਸ ਕੀ ਹੁੰਦੀਆਂ ਨੇ ਠੋਸ ਹੁੰਦੀਆਂ ਨੇ ਉਹਨੂੰ ਅਪਾ ਹਵਾ ਦੇ ਵਿੱਚ ਰੱਖਾਂਗੇ ਤਾਂ ਕਿ ਗੈਸ ਬਣ ਕੇ ਉੱਡ ਜਾਣਗੀਆਂ ਇਹ ਕਿਹੜਾ ਮੈਥਡ ਆ ਜੋਹਰ ਉਡਾਉਣਾ ਅਪਾ ਡਾਇਗਰਾਮ ਦੇ ਨਾਲ ਦੇਖਦੇ ਹਾਂ ਕਿ ਜੋਹਰ ਉਡਾਉਣਾ ਪ੍ਰਕਿਰਿਆ ਕੀ ਹੁੰਦੀ ਆ ਤੇ ਅਮੋਨੀਅਮ ਕਲੋਰਾਇਡ ਨੂੰ ਕਿਵੇਂ ਵੱਖਰਾ ਕਰਦੀ ਆ ਦੇਖੋ ਅਪਾ ਨੇ ਇੱਕ ਸੈਟਅਪ ਕੀਤਾ ਅਪਾ ਨੇ ਕੀ ਲਿਆ ਇੱਕ ਸਟੈਂਡ ਲਿਆ ਨੀਚੇ ਅਪਾ ਨੇ ਕੀ ਲਾਇਆ ਬਰਨਰ ਬਰਨਰ ਕੀ ਹੁੰਦਾ ਅੱਗ ਜਲਾਉਣ ਵਾਲਾ ਛੋਟਾ ਜਿਹਾ ਸਿਲੰਡਰ ਹੁੰਦਾ ਜਿਹਨੂੰ ਅਪਾ ਬਰਨਰ ਕਹਿੰਦੇ ਆ ਫਿਰ ਅਪਾ ਨੇ ਇੱਕ ਪਲੇਟ ਲਈ ਚਾਇਨਾ ਡਿਸ਼ ਕਹਿੰਦੇ ਜਿਹਨੂੰ ਆਪਾਂ ਪਲੇਟ ਚੀਨੀ ਦੀ ਪਿਆਲੀ ਜਾਂ ਇੱਕ ਕੌਲੀ ਲਈ ਆਪਾਂ ਨੇ ਜਿਹੜੀ ਕਿ ਚੀਨੀ ਦੀ ਬਣੀ ਹੁੰਦੀ ਆ ਠੀਕ ਹੈ ਉਹਦੇ ਵਿੱਚ ਆਪਾਂ ਨੇ ਕੀ ਕੀਤਾ ਅਮੋਨੀਅਮ ਕਲੋਰਾਇਡ ਤੇ ਨਮਕ ਇਹਨਾਂ ਦੋਨਾਂ ਦਾ ਮਿਸ਼ਰਣ ਪਾਤਾ ਕਿਉਂਕਿ ਆਪਾਂ ਇਹਨਾਂ ਦੋਨਾਂ ਨੂੰ ਵੱਖਰਾ ਕਰਨਾ ਚਾਹੁੰਨੇ ਆ ਠੀਕ ਹੈ ਹੁਣ ਆਪਾਂ ਨੂੰ ਪਤਾ ਹੈ ਕਿ ਅਮੋਨੀਅਮ ਕਲੋਰਾਇਡ ਕੀ ਹੈ ਉਪਾਫ ਬਣ ਕੇ ਉੱਡ ਸਕਦਾ ਫਿਰ ਆਪਾਂ ਨੇ ਕੀ ਕੀਤਾ ਇਹਦੇ ਉੱਪਰ ਇੱਕ ਪੁੱਠੀ ਕਰਕੇ ਫਨਲ ਲਗਾਤੀ ਠੀਕ ਹੈ ਪੁੱਠੀ ਕਰਕੇ ਫਨਲ ਲਗਾਤੀ ਆਪਾਂ ਨੇ ਤਾਂ ਕਿ ਉਹ ਗੇਬਾਰੇ ਨਹੀਂ ਨਿਕਲਦੀ ਗੈਸ ਨੂੰ ਆਪਾਂ ਹੀਟ ਦੇਣਾ ਸ਼ੁਰੂ ਕੀਤਾ ਤਾਂ ਜਿਹੜਾ ਅਮੋਨੀਅਮ ਕਲੋરાਇਡ ਸੀਗਾ ਉਹ ਕੀ ਆਪਾਂ ਬਣ ਕੇ ਉੱਪਰ ਉੱਡਣ ਲੱਗ ਗਿਆ। ਨੀਚੇ ਕੀ ਰਹਿ ਗਿਆ? ਕੱਲਾ ਨਮਕ। ਅਮੋਨੀਅਮ ਕਲੋરાਇਡ ਨੀਚੋਂ ਗਰਮੀ ਦੇ ਕਾਰਨ ਭਾਅ ਬਣ ਕੇ ਉੱਪਰ ਉੱਡ ਰਿਹਾ ਤੇ ਉੱਪਰ ਜਾ ਕੇ ਕੀ ਠੰਡਾ ਹੋ ਰਿਹਾ? ਠੰਡਾ ਹੋ ਕੇ ਇਹਦੇ ਕਿਨਾਰਿਆਂ ਨਾਲ ਕੀ ਜੰਮ ਜਾਊਗਾ। ਜੰਮਿਆ ਹੋਇਆ ਅਮੋਨੀਅਮ ਕਲੋਰਾਇਡ ਆਪਾਂ ਨੂੰ ਉਲਟੀ ਕੀਪ ਦੇ ਵਿੱਚ ਮਿਲ ਜਾਊਗਾ। ਉੱਪਰ ਆਪਾਂ ਨੇ ਰੂਮਗਾਈ ਹੋਈ ਹੈ ਤਾਂ ਜੋ ਬਾਹਰ ਹੀ ਨਾ ਨਿਕਲੇ ਇਹ। ਠੀਕ ਹੈ? ਤਾਂ ਜਦੋਂ ਆਪਾਂ ਕੀਪ ਨੂੰ ਉਤਾਰਾਂਗੇ ਇਹਦੇ ਕੋਲ ਜਦੋਂ ਸਾਰੀ ਪ੍ਰੋਸੈਸ ਹੋ ਗਈ ਤਾਂ ਚਾਈਨਾ ਡਿਸ਼ ਤੇ ਜਿਹੜੀ ਕੀਪ ਹੈ ਇਹਦੇ ਵਿੱਚ ਕੀ ਰਹ ਜੂਗਾ ਅਮੋਨੀਅਮ ক্লোਰਾਈਡ ਇਹ ਹੀ ਕੀ ਆਪਣੇ ਕੋਲੇ ਜੋਹਰਡ ਆਨ ਪ੍ਰਕਿਰਿਆ ਗਈ ਜਿਹਦੇ ਨਾਲ ਆਪਾਂ ਅਮੋਨੀਅਮ ক্লোਰਾਈਡ ਤੇ ਨਮਕ ਨੂੰ ਵੱਖਰਾ ਕਰਦੇ ਆਂ ਆਈ ਹੋਪ ਤੁਹਾਨੂੰ ਈਜ਼ੀ ਲੱਗ ਰਿਹਾ ਹੋਣਾ ਸਮਝ ਆ ਰਿਹਾ ਹੋਣਾ ਨੈਕਸਟ ਆਪਣੇ ਕੋਲ ਹੈਗਾ ਕਰਮੈਟੋਗ੍ਰਾਫੀ ਇਹ ਬਹੁਤ ਹੀ ਜਿਹੜੀ ਨਵੀਂ ਤਕਨੀਕ ਹੈ ਬਹੁਤ ਮਸ਼ਹੂਰ ਟੈਕਨੀਕ ਹੈ ਜਿਹੜੀ ਅੱਜ ਕੱਲ ਯੂਜ਼ ਕੀਤੀ ਜਾਂਦੀ ਆ ਜਿਹਨੂੰ ਆਪਾਂ ਕਹਿੰਦੇ ਆ ਕਰਮੈਟੋਗ੍ਰਾਫੀ ਦੇ ਕਾਫੀ ਸਾਰੇ ਟਾਈਪਸ ਨੇ ਕੀ ਆ ਪਰ ਆਪਾਂ ਇਹਦੇ ਤਿੰਨ ਟਾਈਪਸ ਨੇ ਆਪਾਂ ਟਾਈਪਸ ਬਾਰੇ ਨਹੀਂ ਪੜ੍ਹਨਾ ਠੀਕ ਆਪਾਂ ਦੇਖਦੇ ਆ ਕਿ ਕਰਮੈਟੋਗ੍ਰਾਫੀ ਹੁੰਦੀ ਕੀ ਹੈ ਦੇਖੋ ਕਹਿੰਦੇ ਜਦੋਂ ਆਪਾਂ ਮਿਸ਼ਰਣ ਦੇ ਵਿੱਚੋਂ ਉਹਦੇ ਕਟਕਾਂ ਨੂੰ ਮੰਨ ਲਓ ਆਪਾਂ ਤਿੰਨ ਚਾਰ ਚੀਜ਼ਾਂ ਮਿਲਾ ਲਈਆਂ ਠੀਕ ਹੈ ਹੁਣ ਆਪਾਂ ਉਹਨਾਂ ਤਿੰਨਾਂ ਨੂੰ ਚਾਰਾਂ ਨੂੰ ਅਲੱਗ-ਅਲੱਗ ਕਰਨਾ ਹੈ ਠੀਕ ਹੈ ਇਹਦੇ ਵਿੱਚ ਅਲੱਗ-ਅਲੱਗ ਕਰਨ ਲਈ ਹੋਰ ਮੈਥਡ ਕਿਉਂ ਨਹੀਂ ਯੂਜ਼ ਕੀਤਾ ਜਾਂਦੇ ਆ ਕਿਉਂਕਿ ਜਿਹੜੀਆਂ ਆਪਾਂ ਨੇ ਚੀਜ਼ਾਂ ਮਲਾਈਆਂ ਨੇ ਉਹਨਾਂ ਦਾ ਸੁਭਾਅ ਇਹ ਹੈ ਜਾਂ ਕਿ ਉਹ ਇੱਕੋ ਜਿਹੀਆਂ ਨਹੀਂ ਮਤਲਬ ਕਿ ਉਹਨਾਂ ਦੇ ਕਣਾਂ ਨੂੰ ਆਪਾਂ ਅਲੱਗ-ਅਲੱਗ ਨਹੀਂ ਦੇਖ ਸਕਦੇ ਨਹੀਂ ਕਰ ਸਕਦੇ ਜਿਵੇਂ ਆਪਾਂ ਤਿੰਨ ਕਲਰਾਂ ਨੂੰ ਮਿਲਾ ਦਈਏ ਠੀਕ ਹੈ ਬਲੂ ਵਾਈਟ ਕੋਈ ਵੀ ਤਿੰਨ ਕਲਰ ਮਿਲਾ ਦਈਏ ਆਪਾਂ ਤਾਂ ਆਪਣੋਂ ਦੇ ਕਲਰਾਂ ਦੇ ਵਿੱਚ ਜਿਹੜੇ ਕਣ ਨੇ ਉਹਨਾਂ ਨੂੰ ਵੱਖਰਾ-ਵੱਖਰਾ ਨਹੀਂ ਕਰ ਸਕਦੇ। ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਕਣ ਇਕੋ ਜਿਹੇ ਹੁੰਦੇ ਆ ਉਹਦੇ ਵਿੱਚ ਆਪਾਂ ਕੀ ਯੂਜ਼ ਕਰਦੇ ਆ ਕ੍ਰੋਮੈਟੋਗ੍ਰਾਫੀ। ਠੀਕ ਹੈ? ਇੱਕ ਐਜਾਈ ਵਿਧੀ ਜਿਹਦੀ ਵਰਤੋਂ ਆਪਾਂ ਘੁਲੇ ਹੋਏ ਤੱਧਾਰਥਾਂ ਨੂੰ ਨਿਖੇੜਨ ਵਾਸਤੇ ਕਰਦੀਆਂ ਜਿਹੜੇ ਇੱਕੋ ਹੀ ਕਿਸਮ ਦੇ ਹੁੰਦੇ ਆ। ਤਾਂ ਆਪਾਂ ਉਹਨਾਂ ਨੂੰ ਵੱਖਰਾ ਨਹੀਂ ਕਰ ਸਕਦੇ ਕੁਝ ਵੀ। ਠੀਕ ਹੈ? ਇੱਕ ਕਣਾਂ ਨੂੰ ਵੱਖਰਾ ਕਰਨ ਦੇ ਵਾਸਤੇ ਸਭ ਤੋਂ ਜਿਹੜੀ ਵਧੀਆ ਟੈਕਨੀਕ ਮੰਨੀ ਗਈ ਆ ਤਾਂ ਦੇਖਦੇ ਆਪਾਂ ਕਿੱਥੇ-ਕਿੱਥੇ ਇਹਨੂੰ ਯੂਜ਼ ਕਰਦੇ ਆਂ। ਦੇਖੋ ਪਹਿਲਾਂ ਤਾਂ ਡਾਈ ਦੇ ਰੰਗਾਂ ਨੂੰ ਵੱਖਰਾ ਕਰਨ ਦੇ ਵਾਸਤੇ ਕੁਦਰਤੀ ਰ ਕੁਦਰਤੀ ਨੰਗਾਨ ਨੂੰ ਅਲੱਗ-ਅਲੱਗ ਕਰਨ ਦੇ ਵਾਸਤੇ ਜਿਹੜਾ ਆਪਣਾ ਡਰਗ ਟੈਸਟ ਹੁੰਦਾ ਖੂਨ ਦਾ ਡੋਪ ਟੈਸਟ ਉਹਦੇ ਵਿੱਚ ਵੀ ਇਸ ਵਿਧੀ ਨੂੰ ਯੂਜ਼ ਕੀਤਾ ਜਾਂਦਾ ਆਪਾਂ ਕਿਸੇ ਵੀ ਫੂਡ ਦੇ ਵਿੱਚ ਭੋਜਨ ਦੇ ਵਿੱਚ ਮਲਾਪਟ ਚੈੱਕ ਕਰਨੀ ਆ ਕਿ ਕਿੰਨੀ ਕੁ ਕਿਸੇ ਮਠਾਈ ਦੇ ਵਿੱਚ ਉਹ ਮਲਾਪਟ ਕੀਤੀ ہوئی ਆ ਤਾਂ ਉਹਦੇ ਵਿੱਚ ਆਪਾਂ ਕੀ ਆ ਕ੍ਰੋਮੈਟੋਗ੍ਰਾਫੀ ਜਿਹੜੀ ਟੈਕਨੀਕ ਯੂਜ਼ ਕਰ ਸਕਦੀਆਂ ਹੁਣ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਦੇਖਦੇ ਹਾਂ ਕਿ ਕ੍ਰੋਮੈਟੋਗ੍ਰਾਫੀ ਕੀ ਹੁੰਦੀ ਆ ਦੇਖੋ ਇਸ ਤਰ੍ਹਾਂ ਨਾਲ ਹੁੰਦਾ ਕ੍ਰੋਮੈਟੋਗ੍ਰਾਫੀ ਦੇ ਕਾਫੀ ਸਾਰੇ ਟਾਈਪਸ ਨੇ ਪਰ ਆਪਣੇ ਸਿਲੇਬਸ ਅਕੋਰਡਿੰਗ ਪੇਪਰ ਕ੍ਰੋਮੈਟੋਗ੍ਰਾਫੀ ਆਪਾਂ ਨੇ ਜਿਹੜੀ ਸਟੱਡੀ ਕਰਨੀ ਆ ਕਿ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਆਪਾਂ ਪੇਪਰ ਦੀ ਸਲਿੱਪ ਲੈਣੇ ਆ ਇਸ ਤਰ੍ਹਾਂ ਨਾਲ ਪੇਪਰ ਦੀ ਸਲਿੱਪ ਲਈ ਆਪਾਂ ਨੇ ਠੀਕ ਹੈ ਤਿੰਨ ਚਾਰ ਤਰ੍ਹਾਂ ਦਾ ਜਿਹੜਾ ਆਪਾਂ ਇਨਕ ਇੰ ਵਿੱਚ ਬਲੂ ਹੋ ਗਿਆ yellow ਹੋ ਗਿਆ ਕਾਫੀ ਸਾਰੀਆਂ ਟਾਈਪਸ ਨੇ ਜਿਹੜੀ ਇੱਥੇ ਦਿਖਾਈ ਦੇਣੀਆਂ ਨੇ ਇਹ ਇਨਕ ਆਪਾਂ ਨੇ ਇਕੱਠੀਆਂ ਕਰਕੇ ਇੱਕ ਮੰਨ ਲਓ ਚਾਈਨਾ ਰਿਸ਼ ਦੇ ਵਿੱਚ ਲੈ ਲਈਏ ਉਹਦੇ ਵਿੱਚ ਸਾਰੀਆਂ ਇਕੱਠੀਆਂ ਕਰਤੀਆਂ ਠੀਕ ਹੈ ਉਹ ਸਾਰੀਆਂ ਮਿਕਸ ਹੋ ਗਈਆਂ ਸਾਰਿਆਂ ਦਾ ਕਲਰ ਮਿਕਸ ਹੋ ਕੇ ਕੀ ਬਣ ਗਿਆ ਬਲੈਕ ਹੁਣ ਬਲੈਕ ਇਹ ਕਲਰ ਲਈ ਆ ਇਹਦੇ ਚੁਇੰਕ ਲਈ ਤੇ ਇਥੇ ਇੱਕ ਡਾਟ ਲਗਾਤਾ ਇਨਕ ਦਾ ਇੱਕ ਹਲਕਾ ਜਿਹਾ ਡਾਟ ਲਗਾਤਾ ਠੀਕ ਹੈ ਤੇ ਇਹਨੂੰ ਆਪਾਂ ਨੇ ਇਸ ਸੋਲੂਸ਼ਨ ਦੇ ਵਿੱਚ ਡਿਪ ਕਰਤਾ ਇਸ ਸੋਲੂਸ਼ਨ ਵੀ ਸਪੈਸ਼ਲ ਟਾਈਪ ਨਾਲ ਬਣਾਇਆ ਜਾਂਦਾਗਾ ਇਸ ਸੋਲੂਸ਼ਨ ਦੇ ਵਿੱਚ ਡਿਪ ਕਰਤਾ ਆਪਾਂ ਨੇ ਮੰਨ ਲਓ ਇਹ ਤਾਂ ਵਾਟਰ ਆ ਆਪਣੇ ਕੋਲੇ ਤਾਂ ਜਦੋਂ ਵਾਟਰ ਆ ਜਿਹੜਾ ਉਹ ਪੇਪਰ ਜਿਹੜਾ ਵਾਟਰ ਦੇ ਵਿੱਚ ਡੁੱਬ ਗਿਆ ਥੋੜਾ ਜਿਹਾ ਡੁਬੋ ਕੇ ਰੱਖਣਾ ਆਪਾਂ ਨੇ ਤਾਂ ਜਿਹੜਾ ਵਾਟਰ ਉੱਪਰ ਨੂੰ ਰਾਈਜ਼ ਕਰੂਗਾ ਕੈਪਿਲਰੀ ਰੈਕਸ਼ਨ ਕਰਕੇ ਵਾਟਰ ਜਿਹੜਾ ਉੱਪਰ ਨਮ ਜਾਊਗਾ ਪਾਣੀ ਤਾਂ ਵਿਕਰ ਦੇ ਵਿੱਚ ਇਹ ਪੇਪਰ ਹੈ ਉੱਪਰ ਉੱਪਰ ਨੂੰ ਕੀ ਪਾਣੀ ਜਾਊਗਾ ਜਦੋਂ ਉਹ ਡਾਟ ਨੂੰ ਕ੍ਰਾਸ ਕਰ ਗਿਆ ਪਾਣੀ ਠੀਕ ਹੈ ਆਪਾਂ ਨੇ ਉੱਪਰ ਇਹਨੂੰ ਹੈਂਡਲ ਵੀ ਕੀਤਾ ਹੋਇਆਗਾ ਪੇਪਰ ਨੂੰ ਪਿੰਨ ਲਗਾ ਕੇ ਤਾਂ ਜਿਹੜਾ ਉੱਪਰ ਉੱਪਰ ਨੂੰ ਪਾਣੀ ਜਾਊਗਾ ਰਾਈਸ ਕਰੂਗਾ ਜਿਹੜੇ ਜਿੰਨੇ ਵੀ ਕਲਰ ਆਪਾਂ ਨੇ ਮਿਕਸ ਕੀਤੇ ਹੋਣਗੇ ਉਹ ਸਾਰੇ ਕਲਰ ਆਪਾਂ ਨੂੰ ਅਲੱਗ-ਅਲੱਗ ਦਿਖਾਈ ਦੇਣਗੇ ਇਸ ਕਰਕੇ ਜਿੰਨੇ ਵੀ ਕਲਰ ਦੇ ਡਾਈ ਦੇ ਪਿਗਮੈਂਟ ਸੀਗੇ ਉਹਨਾਂ ਸਾਰਿਆਂ ਨੂੰ ਆਪਾਂ ਨੇ ਡਿਫਰੈਂਸ਼ੀਏਟ ਕਰ ਲਿਆ ਕਿ ਕਿੰਨੇ ਤਰ੍ਹਾਂ ਦੇ ਪਿਗਮੈਂਟਸ ਨੇ ਕਿਹੜੀ ਚੀਜ਼ ਤੋਂ ਮਿਲਾ ਕੇ ਇਹ ਚੀਜ਼ ਬਣਾਈ ਗਈ ਆ ਤਾਂ ਇਹੀ ਕ੍ਰੋਮੈਟੋਗ੍ਰਾਫੀ ਦੀ ਖਾਸੀਅਤ ਹੈ ਉਦੇਚੋਂ ਪਤਾ ਚੱਲ ਜਾਂਦਾ ਕਿ ਕਿੰਨੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਮਿਲੀਆਂ ਹੋਈਆਂ ਨੇ। ਕਲੀਅਰ ਆ ਜੀ? ਨੈਕਸਟ ਆਪਣੇ ਕੋਲ ਹੈਗਾ ਕਸ਼ੀਦਨ ਵਿਧੀ ਡਿਸਟਿਲੇਸ਼ਨ ਮੈਥਡ। ਠੀਕ ਹੈ? ਡਿਸਟਿਲੇਸ਼ਨ ਮੈਥਡ ਦੀ ਵਰਤੋਂ ਆਪਾਂ ਕਿੱਥੇ ਕਰਦੀਆਂ? ਇਹਦੀ ਵਰਤੋਂ ਆਪਾਂ ਉੱਥੇ ਕਰਦੀਆਂ ਜਿੱਥੇ ਕਿ ਦੋ ਲਿਕਵਿਡ ਹੋਣ, ਦੋ ਕੀ ਆਪਣੇ ਕੋਲੇ ਤਰਲ ਪਦਾਰਥ ਨੇ ਠੀਕ ਹੈ? ਉਹਨਾਂ ਨੂੰ ਆਪਾਂ ਨੇ ਵੱਖਰਾ ਕਰਨਾ ਹੈ। ਹੁਣ ਤਰਲ ਨੂੰ ਆਪਾਂ ਵੱਖਰਾ ਕਿਵੇਂ ਕਰ ਸਕਦੀਆਂ? ਜੇ ਉਹਨਾਂ ਦਾ ਤਾਪਮਾਨ ਵੱਖਰਾ-ਵੱਖਰਾ ਹੋਊਗਾ। ਆਪਾਂ ਕੀ ਕਰਾਂਗੇ? ਜਿਵੇਂ ਦੋ ਚੀਜ਼ਾਂ ਲੈ ਲਈਆਂ ਆਪਾਂ ਨੇ ਜਿਹੜੀਆਂ ਕਿ ਤਰਲ ਸੀਆਂ। ਤੇਲ ਨਾਲ ਲਿਆ ਤੇ ਪਾਣੀ ਲੈ ਲਿਆ ਉਨਾਪਾਂ ਨੂੰ ਪਤਾ ਹੈ ਕਿ ਦੋਨਾਂ ਦਾ ਜਿਹੜਾ ਉਬਾਲ ਦਰਜਾ ਹੈ ਉਹ ਕਿ ਵੱਖਰਾ-ਵੱਖਰਾ ਹੋਊਗਾ ਤਾਂ ਆਪਾਂ ਕੀ ਕਰਾਂਗੇ ਪਹਿਲਾਂ ਘੱਟ ਉਬਾਲ ਦਰਜਾ ਦੇਖਾਂਗੇ ਦੇ ਕੇ ਜਿਹਦਾ ਜਿਹੜਾ ਕਿ ਬੋਇਲਿੰਗ ਪੁਆਇੰਟ ਘੱਟ ਹੋਊਗਾ ਉਹ ਕਿ ਪਹਿਲਾਂ ਵਾਪਿਸ਼ ਤੋ ਹੋ ਕੇ ਉੱਡ ਜਾਊਗਾ ਠੀਕ ਹੈ ਪਿੱਛੇ ਕੀ ਬਚ ਜਾਊਗਾ ਵੱਧ ਤਾਪਮਾਨ ਵਾਲੀ ਚੀਜ਼ ਬਚ ਜੂਗੀ ਤਾਂ ਇਸ ਤਰ੍ਹਾਂ ਨਾਲ ਆਪਾਂ ਦੋਨੇ ਚੀਜ਼ਾਂ ਨੂੰ ਅਲੱਗ-ਅਲੱਗ ਕਰ ਸਕਦੀਆਂ ਦੇਖੋ ਇਸ ਵਿਧੀ ਦੀ ਵਰਤੋਂ ਆ ਜਿਹੜੀ ਤਰਲ ਪਦਾਰਥਾਂ ਨੂੰ ਵੱਖਰਾ ਕਰਨ ਦੇ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਤਾਪਮਾਨ ਵੱਖਰਾ-ਵੱਖਰਾ ਹੁੰਦਾ ਫੋਰ ਐਗਜ਼ਾਮਪਲ ਜਿਵੇਂ ਐਲਕੋਹਲ ਨੂੰ ਠੀਕ ਹੈ ਐਲਕੋਹਲ ਜਿਹੜਾ ਆਪਾਂ ਕਹਦੇ ਆ ਵੀ ਇਥੈਨੋਲ ਮੀਥੈਨੋਲ ਦਾ ਇੱਕ ਰੂਪ ਹੈ ਐਲਕੋਹਲ ਠੀਕ ਹੈ ਉਹਨੂੰ ਆਪਾਂ ਸ਼ੁੱਧ ਕਰਨ ਦੇ ਵਾਸਤੇ ਵਰਤਦੇ ਆ ਜਾਂ ਸ਼ੁੱਧ ਤੇਲ ਪ੍ਰਾਪਤ ਕਰਨ ਦੇ ਵਾਸਤੇ ਠੀਕ ਹੈ ਇਹਨਾਂ ਦੇ ਵਿੱਚ ਆਪਾਂ ਡਿਸਟਿਲੇਸ਼ਨ ਮੈਥਡਾ ਜਿਹੜਾ ਯੂਜ਼ ਕਰਦੇ ਆ ਨੂੰ ਆਪਾਂ ਅੱਗੇ ਡਿਟੇਲ ਚ ਦੇਖਦੇ ਆ ਦੇਖੋ ਕਹਿੰਦੇ ਦੋ ਜਾਂ ਦੋ ਤੋਂ ਵੱਧ ਘੁਲਣਸ਼ੀਲ ਦਰਵ ਜਿਹੜੇ ਘੁਲ ਜਾਣਗੇ ਪਰ ਕੰਡੀਸ਼ਨ ਕੀ ਹੈ ਵੀ ਉਹਨਾਂ ਦਾ ਜਿਹੜਾ ਬੋਇਲਿੰਗ ਪੁਆਇੰਟ ਹੈ ਉਬਾਲ ਦਾਰਜਾ ਜਿਹੜਾ ਨਾਲ 25 ਡਿਗਰੀ ਤੋਂ ਘੱਟ ਦਾ 25 ਕੇਲਵਿਨ ਤੋਂ ਘੱਟ ਦਾ ਜਿਹੜਾ ਡਿਫਰੈਂਸ ਆ ਹੋਣਾ ਚਾਹੀਦਾ ਠੀਕ ਹੈ 25 ਤੋਂ ਜਿਹੜਾ ਕੇਲਵਿਨ ਤੋਂ ਘੱਟ ਦਾ ਡਿਫਰੈਂਸ ਹੋਣਾ ਚਾਹੀਦਾ ਜਿਸ ਤਰ੍ਹਾਂ ਆਪਾਂ ਕਹਿੰਦੀ ਕਿ ਇੱਕ ਦਾ 373 ਹੈ ਤਾਂ ਦੂਸਰੇ ਦਾ ਇਹਦੇ ਵਿੱਚ 25 ਪਲੱਸ ਕਰਕੇ ਉਹਦੇ ਵਿੱਚ ਅਰਾਊਂਡ ਰਹਿਣਾ ਚਾਹੀਦਾ ਠੀਕ ਹੈ ਇਹ ਨਹੀਂ ਕਿ ਉਸ ਤੋਂ ਵੀ ਜ਼ਿਆਦਾ ਵੱਜੇ ਤਦੋਂ ਘੱਟ ਘੱਟ ਰਹਿਣਾ ਚਾਹੀਦਾਗਾ ਕੇਲਵਿਨ ਦੇ ਵਿੱਚ ਉਹਦੇ ਤੇ ਆਪਾਂ ਇਹ ਮਾਚੜਾ ਐਪਲਾਈ ਕਰ ਸਕਦੇ ਆ ਕਿੱਥੇ ਕਿੱਥੇ ਐਪਲਾਈ ਕਰਦੇ ਆ ਜਿਵੇਂ ਹਵਾ ਦੇ ਵਿੱਚੋਂ ਗੈਸਾਂ ਨੂੰ ਅਲੱਗ-ਅਲੱਗ ਕਰਨਾ ਹੈ ਪੈਟਰੋਲੀਅਮ ਦੇ ਨਾਲ ਆਪਾਂ ਨੂੰ ਪਤਾ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਨਿਕਲਦੀਆਂ ਨੇ ਉਹਨਾਂ ਨੂੰ ਅਲੱਗ-ਅਲੱਗ ਕਰਨਾ ਹੈ ਠੀਕ ਹੈ ਤਾਂ ਆਪਾਂ ਕੀ ਆ ਕਸ਼ੀਦਨ ਵਿਧੀ ਯੂਜ਼ ਕਰਾਂਗੇ ਪਹਿਲਾਂ ਜਿਹੜੀ ਸੀਗੀ ਉਹ ਸਿੰਪਲ ਕਸ਼ੀਦਨ ਵਿਧੀ ਸੀ ਵੀ ਦੋ ਚੀਜ਼ਾਂ ਮਲਾਈਆਂ ਉਹਨਾਂ ਦਾ ਕੀ ਹੈ ਉਬਾਲਿਆ ਉਹਨਾਂ ਨੂੰ ਅਲੱਗ-ਅਲੱਗ ਟੈਂਪਰੇਚਰ ਦੇ ਕੇ ਉਹਨੂੰ ਅਲੱਗ-ਅਲੱਗ ਕਰ ਲਿਆ ਜਿਹੜੀ ਚੀਜ਼ ਭਾਵੇਂ ਕਿ ਉੱਪਰ ਉੱਡ ਜੂਗੀ ਉਹਨੂੰ ਫਿਰ ਆਪਾਂ ਅੱਗੇ ਜਾ ਕੇ ਕੰਡੈਂਸ ਕਰ ਲਾਂਗੇ ਠੰਡਾ ਕਰ ਲਾਂਗੇ ਠੰਡਾ ਕਰਕੇ ਇੱਕ ਵੀਕਰ ਦੇ ਵਿੱਚ ਜਾਂ ਫਨਲ ਦੇ ਵਿੱਚ ਇਕੱਠਾ ਕਰ ਲਾਂਗੇ ਫ੍ਰੈਕਸ਼ਨਲ ਡਿਸਟਿਲੇਸ਼ਨ ਜਿੱਥੇ ਵੀ ਕਿਤੇ ਤੁਹਾਨੂੰ ਫ੍ਰੈਕਸ਼ਨਲ ਡਿਸਟਿਲੇਸ਼ਨ ਮੈਥਡ ਪਤਾ ਲੱਗ ਗਿਆ ਉਹਨਾਂ ਨੇ ਲਿਖਿਆ ਵੀ ਇਹ ਕਾਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ ਤਾਂ ਤੁਸੀਂ ਯਾਦ ਰੱਖਣਾ ਕਿ ਦੋ ਤਰਲ ਪਦਾਰਥਾਂ ਨੂੰ ਜਿਨ੍ਹਾਂ ਦੇ ਵਿੱਚ 25 ਕੇਲਵਿਨ ਤੋਂ ਘੱਟ ਦਾ ਫਰਕ ਹੋਵੇ ਟੈਂਪਰੇਚਰ ਦੇ ਵਿੱਚ ਉਹਨਾਂ ਦੇ ਵਿੱਚ ਇਹ ਟੈਕਨੀਕ ਹੈ ਜਿਹੜੀ ਯੂਜ਼ ਕੀਤੀ ਜਾਂਦੀ ਹੈ ਹੁਣ ਆਪਾਂ ਦੇਖਦੇ ਹਾਂ ਕਿ ਇਹ ਟੈਕਨੀਕ ਕਿਵੇਂ ਯੂਜ਼ ਕੀਤੀ ਜਾਂਦੀ ਹੈ ਜਿਸ ਇੱਥੇ ਐਵੇਂ ਕਰਦੇ ਆਂ ਦੇਖੋ ਆਪਾਂ ਕਿ ਲਈਏ ਇਹ ਜਿਹੜਾ ਆਪਣੇ ਕੋਲ ਆਰਬੀਐਫਆਰ ਰਾਉਂਡ ਬਾਟਮ ਫਲਾਸਕ ਇੱਕ ਗੋਲ ਫਲਾਸਕ ਆਪਣੇ ਕੋਲ ਜਿਹੜੀ ਨੀਚੇ ਗੋਲ ਹੈ ਕਿਸੇ ਤੋਂ ਮੰਦੇ ਵੀ ਲੈ ਸਕਦੇ ਆ ਵੈਸੇ ਆਪਾਂ ਤੇ ਇਹਦੇ ਵਿੱਚ ਆਪਣਾ ਮਿਸ਼ਰਣ ਪਾਤਾ ਨੀਚੇ ਆਪਣਾ ਹੀਟ ਦੇਣੀ ਸ਼ੁਰੂ ਕਰਤੀ ਉੱਪਰ ਆਪਾਂ ਨੇ ਕਾਰਕ ਲਗਾਇਆ ਹੋਇਆ ਜਿਹੜਾ ਕਿ ਇਹ ਬਾਹਰੇ ਰੀਲੀਜ਼ ਗੈਸ ਰੀਲੀਜ਼ ਹੋਣ ਤੋਂ ਰੋਕ ਰਿਹਾ ਹੈ ਠੀਕ ਹੈ ਉੱਪਰ ਆਪਾਂ ਨੇ ਇੱਕ ਸੈਟਅਪ ਕੀਤਾ ਜਿਹਦੇ ਵਿੱਚ ਆਪਣਾ ਥਰਮਾਮੀਟਰ ਲਗਾਇਆ ਫਿਰ ਕੀ ਹੋਊਗਾ ਜਿਹਦਾ ਟੈਂਪਰੇਜੜਾ ਘਟ ਹੋਊਗਾ ਉਹ ਕੀ ਹੈ ਉਬਲ ਕੇ ਉੱਪਰ ਨੂੰ ਉੱਡਣਾ ਸ਼ੁਰੂ ਹੋ ਜਾਊਗਾ ਠੀਕ ਹੈ ਉੱਪਰ ਉੱਡ ਕੇ ਸ਼ੁਰੂ ਹੋ ਕੇ ਗੈਸ ਵਾਂਗ ਕਿ ਇਧਰ ਨੂੰ ਆਊਗਾ ਤਾਂ ਆਪਾਂ ਨੇ ਇੱਥੇ ਕੀ ਲਗਾਤਾ ਕੋਈ ਚੀਜ਼ ਲਗਾਤੀ ਜਿਹੜੀ ਕੀ ਹੈ ਉਸ ਗੈਸ ਨੂੰ ਠੰਡਾ ਕਰੂਗੀ ਠੀਕ ਹੈ ਆਪਾਂ ਨੂੰ ਪਤਾ ਕਿ ਗੈਸ ਦੇ ਪਾਰਟੀਕਲ ਜਦੋਂ ਠੰਡੇ ਹੋ ਜਾਂਨ ਤਾਂ ਉਹ ਕੀ ਹੈ ਦਵਾਰੇ ਫਿਰ ਕੀ ਹੈ ਤਰਲ ਬਣ ਜਾਣਗੇ ਤੇ ਇਧਰ ਆ ਕੇ ਤਰਲ ਬਣ ਕੇ ਇਹਦੇ ਵਿੱਚ ਆਪਾਂ ਸ਼ੁੱਧ ਦਰਵਾ ਜਿਹੜਾ ਇਕੱਠਾ ਕਰ ਸਕਦੇ ਹਾਂ ਤੁਸੀਂ ਦੇਖਿਆ ਹੋਊਗਾ ਕਿ ਮੰਨ ਲਓ ਆਪਾਂ ਚਾਹ ਬਣਾ ਰਹੇ ਹਾਂ ਠੀਕ ਹੈ ਆਪਾਂ ਉੱਪਰ ਕੀ ਆ ਟੱਕ ਦਿੰਨੀਆਂ ਚਾਹ ਨੂੰ ਤਾਂ ਜਦੋਂ ਆਪਾਂ ਉਹਦਾ ਉੱਪਰਲਾ ਟੱਕ ਨੂੰ ਉਤਾਰ ਕੇ ਦੇਖਦੇ ਹਾਂ ਉਹਦੇ ਉੱਪਰ ਕੁਝ ਪਾਣੀ ਦੇ ਬੂੰਦਾਂ ਲੱਗੀਆਂ ਹੁੰਦੀਆਂ ਨੇ ਉਹ ਕਿਉਂ ਹੁੰਦੀਆਂ ਨੇ ਕਿਉਂਕਿ ਜਦੋਂ ਚਾਹ ਬਣ ਰਹੀ ਸੀ ਉਹ ਕਿਉ ਉੱਪਰ ਜਾ ਕੇ ਕਿ ਇਹ ਠੰਡਾ ਸੀਗਾ ਤਾਂ ਕੰਠੰਡਾ ਸੀ ਤਾਂ ਉੱਥੇ ਜਾ ਕੇ ਫੇਰ ਕੀ ਆ ਪਾਣੀ ਦੇ ਬੂੰਦਾਂ ਬਣ ਗਈਆਂ ਇਸੇ ਤਰ੍ਹਾਂ ਨਾਲ ਹੀ ਕਸ਼ੀਧਨ ਵਿਧੀ ਹੁੰਦੀ ਆ ਕਲੀਅਰ ਇਸ ਤਰ੍ਹਾਂ ਕਰਕੇ ਆਪਾਂ ਦੋ ਜਿਹੜੇ ਤਰਲ ਪਦਾਰਥ ਨੇ ਉਹਨਾਂ ਨੂੰ ਵੱਖਰਾ ਵੱਖਰਾ ਕਰ ਸਕਦੇ ਆ ਦੇਖੋ ਤਰਲ ਹਵਾ ਪ੍ਰਾਪਤ ਕਰਨ ਲਈ ਮੰਨ ਲਓ ਆਪਣੇ ਕੋਈ ਗੈਸ ਹੈ ਹਵਾ ਉਹਨੂੰ ਆਪਾਂ ਨੇ ਤਰਲ ਬਣਾਉਣਾ ਹੈ ਤਾਂ ਆਪਾਂ ਕਿਵੇਂ ਕਰਾਂਗੇ ਉੱਥੇ ਆਪਾਂ ਬਹੁਤ ਜ਼ਿਆਦਾ ਦਬਾਅ ਪਾਵਾਂਗੇ ਪ੍ਰੈਸ਼ਰ ਪਾਵਾਂਗੇ ਤਾਪਮਾਨ ਨੂੰ ਘਟਾਵਾਂਗੇ ਕਿਉਂਕਿ ਤਾਪਮਾਨ ਵਧਾਉਣ ਨਾਲ ਤਾਂ ਕਿ ਗੈਸ ਕਿਹ ਹੋਰ ਫੈਲ ਜਾਂਦੀ ਆ ਠੀਕ ਹੈ ਤਾਪਮਾਨ ਨੂੰ ਘਟਾਵਾਂਗੇ ਤੇ ਦਬਾਅ ਨੂੰ ਵਧਾਵਾਂਗੇ ਉਹਨੂੰ ਪੂਰਾ ਕੀ ਹੈ ਨਪੀੜ ਦਾਂਗੇ ਇਕੱਠਾ ਕਰ ਲਾਂਗੇ ਬਿਲਕੁਲ ਠੀਕ ਹੈ ਤਾਂ ਜਿਹੜੀਆਂ ਗੈਸਾਂ ਨੇ ਵੱਖ-ਵੱਖ ਉਚਾਈ ਤੇ ਜਾਂ ਵੱਖ-ਵੱਖ ਉਬਾਲ ਦਰਜੇ ਤੇ ਆਪਾਂ ਉਹਨਾਂ ਨੂੰ ਨਪੀੜ ਦਿਆਂ ਤੇ ਉਹਨਾਂ ਨੂੰ ਇਕੱਠਾ ਕਰਦੀ ਹਾਂ ਜਿਹਦੇ ਕਰਕੇ ਉਹ ਕੀ ਬਣ ਜਾਂਦੀਆਂ ਨੇ ਗੈਸ ਅਵਸਥਾ ਦੇ ਵਿੱਚੋਂ ਤੱਲ ਅਵਸਥਾ ਦੇ ਵਿੱਚ ਆ ਜਾਂਦੀਆਂ ਨੇ ਦੇਖੋ ਇਹਦੇ ਵਿੱਚ ਆਪਾਂ ਨੂੰ ਦਿਖਾਇਆ ਹੋਇਆ ਹੈ ਕਿ ਹਵਾ ਨੂੰ ਆਪਾਂ ਕਿਵੇਂ ਵੱਖਰਾ ਕਰ ਸਕਦੀਆਂ ਆ ਆਪਾਂ ਨੇ ਕੀ ਪਾਇਆ ਹਵਾ ਲੈ ਕੇ ਗਏ ਉਹਦੇ ਤੇ ਬਹੁਤ ਜ਼ਿਆਦਾ ਦਬਾਅ ਲਗਾਇਆ ਆਪਾਂ ਨੇ ਠੀਕ ਹੈ ਦਬਾਲ ਗਉਣ ਨਾਲ ਕੀ ਆ ਹਵਾ ਤਾਂ ਕੀ ਆ ਗਰਮ ਹੋ ਗਈ ਜ਼ਿਆਦਾ ਤਾਂ ਗਰਮ ਹਵਾ ਨੂੰ ਪਹਿਦਰ ਲੈ ਕੇ ਆਉਣੀ ਆ ਫਿਰ ਉਹਨੂੰ ਠੰਡਾ ਕਰਦਿਆਂ ਇਸ ਤਰ੍ਹਾਂ ਪੂਰੀ ਪ੍ਰੋਸੈਸ ਦੇ ਨਾਲ ਕੀ ਆ ਆਪਾਂ ਪਿਓਰ ਗੈਸ ਆ ਜਿਹੜੀ ਉਹਨੂੰ ਲਿਕੁਇਫਾਈ ਕਰ ਸਕਦੇ ਆ ਜਿਹੜੀ ਨੂੰ ਵੀ ਆਪਾਂ ਕਰਨਾ ਚਾਹੋਣੇ ਆ ਠੀਕ ਹੈ ਇਹ ਪੂਰਾ ਮੈਥਡ ਹੈ ਜਿਹੜਾ ਦਿਖਾਇਆ ਹੋਇਆ ਇਹਦੇ ਵਿੱਚ ਆਪਾਂ ਪਾਣੀ ਦਵਾਵਾਂਗੇ ਫਿਰ ਉਹਨੂੰ ਠੰਡੀ ਕਰਾਂਗੇ ਫਿਰ ਅੱਗੇ ਜਾ ਕੇ ਫਿਰ ਉਹਨੂੰ ਗੈਸ ਬਣਾਵਾਂਗੇ ਫਿਰ ਲਿਕਵਿਡ ਦੇ ਵਿੱਚ ਪਾਵਾਂਗੇ ਤਨਲਪਦਾਰਤ ਦੇ ਵਿੱਚ ਠੀਕ ਹੈ ਫਿਰ ਆਪਾਂ ਨੂੰ ਕੀ ਹੈ ਪਾਣੀ ਦੇ ਵਿੱਚ ਜਾਂ ਕਿਸੇ ਵੀ ਤਰਲ ਦੇ ਵਿੱਚ ਖੁਲੀ ਹੋਈ ਇੱਕ ਸ਼ੁੱਧ ਗੈਸ ਮਿਲੂਗੀ ਕਲੀਅਰ ਹੈ ਜੀ ਨੈਕਸਟ ਦੇਖੋ ਨੈਕਸਟ ਆਪਣੇ ਕੋਲ ਹੈਗਾ ਕ੍ਰਿਸਟਲਾਈਜੇਸ਼ਨ ਮੈਥਡ ਕ੍ਰਿਸਟਲਾਈਨ ਵਿਧੀ ਇਹਦੇ ਵਿੱਚ ਕੀ ਹੈ ਕ੍ਰਿਸਟਲ ਬਣਦੇ ਆ ਛੋਟੇ ਛੋਟੇ ਟੁਕੜੇ ਇਹ ਵਿਧੀ ਦੀ ਵਰਤੋਂ ਆਪਾਂ ਕਿੱਥੇ ਕਰਦੇ ਆ ਠੋਸ ਪਦਾਰਥਾਂ ਨੂੰ ਸ਼ੁੱਧ ਸ਼ੁੱਧ ਪਦਾਰਥ ਪ੍ਰਾਪਤ ਕਰਨ ਦੇ ਵਾਸਤੇ ਜਿਹੜੇ ਕਿ ਠੋਸ ਹੋਣ ਉਹਦੇ ਵਿੱਚ ਆਪਾਂ ਕਰਦੇ ਆ ਕ੍ਰਿਸਟਲਾਈਜੇਸ਼ਨ ਕੀ ਵਿਧੀ ਆ ਜਿਸ ਦੀ ਵਰਤੋਂ ਕ੍ਰਿਸਟਲ ਦੇ ਰੂਪ ਵਿੱਚ ਸ਼ੁੱਧ ਠੋਸ ਨੂੰ ਕੋਲ ਵਿੱਚੋਂ ਵੱਖਰਾ ਕਰਨ ਦੇ ਵਾਸਤੇ ਜਿਵੇਂ ਕਿ ਆਪਣੇ ਕੋਲ ਸ਼ੁੱਧ ਨਮਕ ਲੈਣਾ ਆਪਾਂ ਨੇ ਸਮੁੰਦਰ ਦੇ ਪਾਣੀ ਤੋਂ ਤਾਂ ਆਪਾਂ ਕੀ ਕਰਾਂ ਕ੍ਰਿਸਟਲਾਈਜੇਸ਼ਨ ਕਰਾਂਗੇ ਤਾਂ ਕਿ ਆਪਾਂ ਨੂੰ ਸ਼ੁੱਧ ਨਮਕ ਮਿਲ ਜੂਗਾ ਜਾਂ ਅਸ਼ੁੱਧ ਨਮੂਨੇ ਤੋਂ ਆਪਾਂ ਫਟਕੜੀ ਲੈਣੀ ਆ ਠੀਕ ਹੈ ਇਹਨੂੰ ਵੱਖਰਾ ਕਰਨਾ ਇੱਥੇ ਵੀ ਆਪਾਂ ਕਿਹਦਾ ਯੂਜ਼ ਕਰਾਂਗੇ ਕ੍ਰਿਸਟਲਾਈਜੇਸ਼ਨ ਦਾ ਹੁਣ ਆਪਾਂ ਦੇਖਦੇ ਹਾਂ ਬਾਈ ਡਾਇਗ੍ਰਾਮ ਕੀ ਕ੍ਰਿਸਟਲਾਈਜੇਸ਼ਨ ਹੁੰਦੀ ਕੀ ਹੈ ਦੇਖੋ ਆਪਾਂ ਨੇ ਕੀ ਕੀਤਾ ਪਹਿਲਾਂ ਆਪਾਂ ਜਿਹੜਾ ਵੀ ਸੋਲੂਸ਼ਨ ਲੈਣੇ ਆ ਉਹਨੂੰ ਆਪਾਂ ਬਰਨਰ ਦੇ ਨਾਲ ਕੇ ਗਰਮ ਕਰਦੇ ਹਾਂ। ਇਹਦੇ ਵਿੱਚ ਪਾਇਆ ਹੋਇਆ ਆਪਾਂ ਨੇ ਕੋਈ ਵੀ ਸੋਲਿਡ ਸੋਲੂਸ਼ਨ ਜਿਹੜਾ ਵੀ ਆਪਾਂ ਸ਼ੁੱਧ ਕਰਨਾ ਚਾਹੁੰਦੇ ਹਾਂ ਇਹਨੂੰ ਵਿੱਚ ਪਾ ਲਿਆ ਹੀਟ ਕਰ ਲਿਆ। ਹੀਟ ਕਰਨ ਤੋਂ ਬਾਅਦ ਆਪਾਂ ਨੂੰ ਠੰਡਾ ਕਰਦੇ ਹਾਂ। ਠੰਡਾ ਕਰਕੇ ਫਿਰ ਆਪਾਂ ਇਸ ਤਰ੍ਹਾਂ ਬਿਕਰ ਲਵਾਂਗੇ। ਬਿਕਰ ਲੈ ਕੇ ਇੱਕ ਆਪਾਂ ਨੇ ਫਨਲ ਲਈ। ਫਨਲ ਦੇ ਵਿੱਚ ਫਿਲਟਰ ਪੇਪਰ ਪਾਇਆ। ਠੀਕ ਹੈ? ਤੇ ਸਾਰਾ ਸੋਲੂਸ਼ਨ ਇਹਦੇ ਵਿੱਚ ਪਾ ਦਾਂਗੇ ਆਪਾਂ। ਇਹਦੇ ਵਿੱਚ ਸੋਲੂਸ਼ਨ ਪਾ ਕੇ ਕੀ ਹੋਊਗਾ? ਜਿਹੜਾ ਤਾਂ ਲਿਕਵਿਡ ਫਾਰਮ ਹੋਊਗੀ ਤਰਲ ਉਹ ਤਾਂ ਕਿ ਨੀਚੇ ਆ ਜਾਊਗਾ। ਠੀਕ ਹੈ? ਤੇ ਜਿਹੜੇ ਆਪਾਂ ਨੂੰ ਕ੍ਰਿਸਟਲ ਚਾਹੀਦੇ ਉੱਪਰ ਰਹਿ ਜਾਣਗੇ ਫਿਰ ਆਪਾਂ ਕੀ ਕਰਾਂਗੇ ਫਿਲਟਰ ਪੇਪਰ ਤੋਂ ਉਤਾਰ ਕੇ ਕ੍ਰਿਸਟਲ ਨੂੰ ਇਹ ਦੇਖੋ ਆਪਾਂ ਚਾਈਨਾ ਡਿਸ਼ ਦੇ ਵਿੱਚ ਪਾਏ ਨੇ ਕ੍ਰਿਸਟਲ ਸੋਲਿਊਬਲ ਸੋਲਿਡ ਦੇ ਤਾਂ ਆਪਾਂ ਨੂੰ ਜਿਹੜੇ ਵੀ ਇੰਪਿਉਰिटीज ਆ ਜੜੀਆਂ ਵੀ ਅਸ਼ੁੱਧੀਆਂ ਸਿਓ ਕਿੱਥੇ ਰਹੀਆਂ ਨੇ ਵਿੱਚ ਰਹੀਆਂ ਤੇ ਜਿਹੜੀ ਪਿਓਰ ਚੀਜ਼ ਸੀ ਉਹ ਆਪਾਂ ਨੂੰ ਕਿੱਥੇ ਮਿਲਗੀ ਇੱਥੇ ਮਿਲਗੀ ਫਿਲਟਰ ਪੇਪਰ ਦੇ ਉੱਪਰ ਇਹ ਸਾਰੀ ਵਿਧੀ ਆ ਜਿਹੜੀ ਹਰੇਕ ਵਿਧੀ ਦੀ ਡਾਇਗਰਾਮ ਇਸ ਲਈ ਦਿਖਾਈ ਗਈ ਆ ਤਾਂ ਜੋ ਡਾਇਗਰਾਮ ਤੋਂ ਆਪਾਂ ਨੂੰ ਜ਼ਿਆਦਾ ਵਧੀਆ ਤੇ ਈਜ਼ੀਲੀ ਸਮਝ ਆ ਜਾਂਦਾ ਸਾਰੀਆਂ ਡਾਇਗਰਾਮਾਂ ਨੂੰ ਧਿਆਨ ਦੇ ਨਾਲ ਦੇਖਿਓ ਇੱਕ ਇੱਕ ਡਾਇਗਰਾਮ ਆ ਜਿਹੜੀ ਬਹੁਤ ਇੰਪੋਰਟ ਠੀਕ ਹੈ ਇਹ ਸਾਰੀਆਂ ਆਪਣੀਆਂ ਜਿਹੜੀਆਂ ਵਿਧੀਆਂ ਸੀਗੀਆਂ ਹੋਰ ਵੀ ਬਹੁਤ ਸਾਰੀਆਂ ਵਿਧੀਆਂ ਨੇ ਜਿਹੜੀਆਂ ਆਪਾਂ ਡਿਸਕਸ ਕਰ ਸਕਦੇ ਹਾਂ ਜਿਵੇਂ ਕਿ ਮੈਗਨੇਟਿਕ ਕਿ ਚੁੰਬਕ ਦੇ ਨਾਲ ਆਪਾਂ ਸਾਰੀਆਂ ਲੋਹੀ ਦੀਆਂ ਚੀਜ਼ਾਂ ਨੂੰ ਵੱਖਰਾ ਕਰ ਸਕਦੇ ਹਾਂ ਠੀਕ ਹੈ ਕਈ ਚੀਜ਼ਾਂ ਹੁੰਦੀਆਂ ਜਿਹਨਾਂ ਨੂੰ ਪਹੱਥ ਨਾਲ ਵੀ ਚੁੱਕ ਕੇ ਵੱਖਰਾ ਕਰ ਸਕਦੇ ਹਾਂ ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਐਡਵਾਂਸ ਦੀਆਂ ਵਿਧੀਆਂ ਨੇ ਪਰ ਇਹ ਤੁਹਾਡੇ ਲਈ ਮੋਸਟ ਇੰਪੋਰਟੈਂਟ ਸੀ ਜਿਹੜੀਆਂ ਤੁਹਾਡੇ ਸਿਲੇਬਸ ਦੇ ਵਿੱਚ ਸੀਗੀਆਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਜਿਹੜੀਆਂ ਨੇ ਸਮਝ ਆਈਆਂ ਹੋਣਗੀਆਂ ਅਗਰ ਕੋਈ ਵੀ ਟੌਪਿਕ ਜਾਂ ਕੁਝ ਵੀ ਸਮਝ ਨਹੀਂ ਆਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਦੱਸ ਸਕਦੇ ਹੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਡਾਊਟ ਕਲੀਅਰ ਕਰ ਲਾਂਗੇ ਅਗਰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ ਤਾਂ ਵੀਡੀਓਜ਼ ਨੂੰ ਵੱdt-ਵੱdt ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਹਰ ਇੱਕ ਨੋਟੀਫਿਕੇਸ਼ਨ ਜਲਦੀ ਪਹੁੰਚੇ ਥੈਂਕ ਯੂ